ਹਾਂਜੀ ਆਪਣਾ ਮਾਥੋ ਵੀ ਕੰਮ ਕਰਦਾ ਰਿਹਾ ਵਾ ਹਾਂ ਬਈ ਹਾਂਜੀ ਸਾਜ ਕਿੰਨਾ ਕਰ ਰਹਿ ਗਿਆ ਕੰਮ ਅੱਬਾ ਛੇੜ ਲੱਗਦੀ ਵੀ ਇਸ ਤੋਂ ਬਾਅਦ ਫਾਰਗ ਆ ਥੱਲੇ ਰਾਕਤਾ ਨੰਬਰ ਰਹਿ ਗਿਆ ਵਾ ਉਹ ਲਿਖੇ ਤੇ ਉਹਨਾਂ ਦੇ ਛੇਤੀ ਭੇਜੋ ਯਾਰ ਬਕਾਇਆ ਉਹਨਾਂ ਦਾ ਕੰਮ ਕੰਮਲ ਹੋ ਗਿਆ ਸਾਰਾ ਕੰਮ ਕੰਮਲ ਹੋ ਗਿਆ ਬਕਾਇਆ ਚਲੋ ਅੱਲਾ ਖੈਰ ਕਰੇ ਕਿੰਨਾ ਰਹਿ ਗਿਆ ਹੋਰ ਆ ਇੱਕੋ ਹੀ ਬੈਨਰ ਆ ਬਸ ਹਾਂਜੀ ਇੱਕੋ ਹੀ ਰਹਿ ਗਿਆ ਵਾ ਚਲੋ ਇਹ ਤਾਂ ਟਾਈਮ ਨਾਲ ਮੁਕੰਮਲ ਹੋ ਜਾਣਾ ਛੱਪ ਹੋਣ ਨਿਕਲੀ ਮੈਂ ਚਲੋ ਸੁੱਕ ਜਾਏਗਾ ਟਾਈਮੋਂ ਟਾਈਮ ਤੇ ਲਿਖ ਕੇ ਫਾਰਕ ਕਰੀਏ ਇਹਨਾਂ ਨੂੰ ਫੋਨ ਨਿਕਲੀ ਹੈ ਹਾਂਜੀ ਮੈਂ ਹੀ ਤੇਰੀ ਤਬੀਅਤ ਚ ਫਤੂਰ ਰਹਿੰਦਾ ਧੁੱਪ ਤੇ ਨਿਕਲੀ ਹੈ 12 ਵਜੇ ਦੀ ਉਹ ਭਾਈ ਉਹ ਤਾਂ ਨਹੀਂ ਸਹੀ ਸੀ ਕੰਮ ਰੰਗ ਫੈਲਦਾ ਪਿਆ ਸੀ ਉਹਦੇ ਵਿੱਚ ਉਹ ਫੈਲਣ ਵਾਲੀ ਧੁੱਪ ਸੀ ਉਹ ਹੌਸਪੈਂਡੇ ਸੀ ਨਾ ਤਰੇਲ ਪੈਂਡੇ ਸੀ ਵਿੱਚ ਉਹ ਹੌਸਪੈਂਡੇ ਹੀ ਸੀ ਚਲੋ ਛੇਤੀ ਛੇਤੀ ਨਬੇੜ ਦਿਓ ਉਹਨਾਂ ਦਾ ਕੰਮ ਮੈਨੂੰ ਉਹਨਾਂ ਦਾ 1300 ਫੋਨ ਆ ਗਿਆ ਹੈ ਬਨ ਨਿਬੜ ਕੇ ਨਿਬੜ ਕੇ ਆਪਾਂ ਕੰਮ ਗਾਉ ਇਹਨਾਂ ਕੋ ਲੈਣਾ ਇਨਸ਼ਾ ਅੱਲਾਹ ਲਾਮਾ ਨਹੀਂ ਆਏਗਾ ਆਪਾਂ ਤੁਸੀਂ ਉਸਤਾਦ ਜੀ ਆਕ ਮੁਕੰਮਲ ਕਰਕੇ ਤੇ ਤੁਸੀਂ ਉਹ ਜਿਹੜਾ ਨਾ ਮੀਆਂ ਸਾਹਿਬ ਵਾਲਾ ਇਲੈਕਸ਼ਨਾਂ ਦਾ ਉਹ ਬੈਨਰ ਤੁਸੀਂ ਸ਼ੁਰੂ ਕਰ ਦਿਓ। ਅੱਛਾ ਜੀ। ਠੀਕ ਆ ਤੇ ਤੂੰ ਅੱਜ ਰਾਤ ਨੂੰ ਬੈਨਰ ਬੰਨ ਕੇ ਆਉਣੇ ਆ। ਠੀਕ ਆ। ਠੀਕ ਆ। ਠੀਕ ਆ। ਡੋਰੀ ਛੋਟੀ ਲੈ ਰਿਆ ਜੀ। ਉਹ ਆ ਗਿਆ ਸਾਰਾ ਕੁਝ। ਹਾਂ। ਉਹ ਛੱਤ ਤੇ ਪਿਆ ਵਾ। ਅੱਛਾ। ਤੇ ਰਖਸ਼ਾ ਆਪਣਾ ਲਿਆ ਕੇ ਠੀਕ ਆ ਭਾਜੀ। ਤੇ ਉਹ ਮੇਰਾ ਪੁੱਤਰ ਰਾਤ ਨੂੰ ਸਾਰੇ ਜਿਹੜੇ ਆ ਨਾ ਬੰਨਦੇ। ਅੱਛਾ ਅੱਛਾ। ਅਸਲਾਮੁਅਲੈਕੁਮ ਜੀ। ਵਅਲੈਕੁਮ ਸਲਾਮ ਜੀ। ਜੈ ਜੀ ਅਸਲਾਮੁਅਲੈਕੁਮ। ਵਾਲੇ ਜਨਾਬ ਦਿਓ ਸਾਥੀ ਬੈਨਰ ਲਖਾਉਣਾ ਹੈ ਜੀ ਲਿਖ ਦਿੰਨੇ ਸਰ ਹਾਂਜੀ ਲਿਖ ਦਿੰਨੇ ਚਾਹੀਦਾ ਕਦੋਂ ਕੱਲ ਨੂੰ ਕੱਲ ਨੂੰ ਪਿਛਲੇ ਟਾਈਮ ਮਿਲਣਗੇ ਪਿਛਲੇ ਟਾਈਮ ਹਾਂਜੀ ਤੇ ਇਹਦਾ ਕੀ ਹਿਸਾਬ ਕਿਤਾਬ ਕੀ ਇਹ ਭਾਜੀ ਕੀ ਇੰਦਾ ਹਿਸਾਬ ਤਾਂ ਵੈੰਜਾ ਕਿ ਕਪੜਾ ਸਾਡਾ ਹੋਏਗਾ ਅੱਛਾ ਜੀ ਲਹਾਈ ਵੀ ਸਾਡੀ ਹੋਏਗੀ ਜੇਕਰ ਕਪੜਾ ਤੁਸੀਂ ਲਿਆ ਕੇ ਦੋਗੇ ਉਹਦਾ ਹੋਰ ਰੇਟ ਹੋਏਗਾ ਅੱਛਾ ਜੀ ਅਸੀਂ ਕਪੜਾ ਕੋਲੋਂ ਲਾਵਾਂਗੇ ਇੰਦਾ ਹੋਰ ਰੇਟ ਹੋਏਗਾ ਨਹੀਂ ਕਪੜਾ ਤੁਸੀਂ ਕੋਲੋਂ ਹੀ ਲਾਣਾ ਐਸੀ ਕਪੜਾ ਕੋਲੋਂ ਲਾਵਾਂਗੇ ਅਸੀਂ 200 ਰੁਪਏ ਗਾਜ਼ ਲੈਨੇ ਬਮਾਲ ਲਹਾਈ 200 ਰੁਪਏ ਗਾਜ਼ ਬਮਾ ਲਖਾਈ ਬਮਾਲ ਹਾਈ ਜੇ ਤੁਸੀਂ ਬੈਨਰ ਲਵਾਣਾ ਨਾ ਉਹ ਡੋਰੀ ਛੋਟੀ ਉਹਦੀ ਲਵਾਈ ਉਹਦੇ ਪੈਸੇ ਅਲੱਗ ਲੱਗਣਗੇ ਅੱਛਾ ਹਾਂਜੀ ਡੋਰੀ ਛੋਟੀ ਸਾਡੀ ਹੋਏਗੀ ਸਲਾਈ ਬਖਾ ਸਾਡਾ ਹੋਏਗਾ ਲਵਾਈ ਦੇ ਪੈਸੇ ਟੋਟਲ ਤੁਸੀਂ ਦੇ ਦੇਆ ਜੀ ਮਾਲਕ ਕੌਣ ਆ ਤੁਹਾਡੇ ਉਸਤਾਦ ਤੁਸੀਂ ਉਸਤਾਦ ਇਹਨਾਂ ਦੇ ਹਾਂਜੀ ਹਾਂ ਇਹ ਮੁੰਡਾ ਜੀ ਆ ਉਸਤਾਦ ਨੂੰ ਲਿਖਦੇ ਨੇ ਅੱਛਾ ਜੀ ਇਹ ਕੰਮ ਸਾਰਾ ਆਪਣਾ ਹੀ ਐ ਇਹ ਮੁੰਡਾ ਨਾਲ ਲਖਾਈ ਵੀ ਕਰਦਾ ਤੇ ਨਾਲ ਇਹ ਬੈਨਰ ਇਹਨੇ ਬਣਨੇ ਹੁੰਦੇ ਆ ਡੋਰੀਆਂ ਸੋਟੀਆਂ ਪਾ ਕੇ ਆ ਇਹਨੇ ਬਣਨੇ ਆ ਉਹ ਤੁਹਾਡਾ ਦਿਲ ਕਰਦਾ ਸਾਡੇ ਉਹ ਕਰਾ ਲਓ ਜੇ ਕੋਈ ਤੁਹਾਡਾ ਹੋਰ ਵਾਕ ਬਹੁਤ ਕੋਈ ਕਰਾ ਲਓ ਹੂੰ ਕੱਲ ਸ਼ਾਮ ਨੂੰ ਮਿਲ ਜਾਣਗੇ ਨਾ ਜੀ ਮਿਲ ਜਾਣਗੇ ਜੀ ਮਿਲ ਜਾਣਗੇ ਚਲੋ ਤੇ ਉਹ ਮੈਂ ਤੁਹਾਨੂੰ ਤਹਿਰੀਰ ਲਿਖਾ ਦਵਾਂ ਜੋ ਲਿਖਣਾ ਹੈ ਬੈਨਰ ਤੇ ਹਾਂਜੀ ਹਾਂਜੀ ਮضمون ਲਿਖਾ ਦਿਓ ਨਾ ਤੁਸੀਂ ਜੋ ਤੁਹਾਡਾ ਹੈਗਾ ਵਾ ਅੱਛਾ ਜੀ ਉਹ ਉਸ ਲਿਖ ਦਿੰਨੇ ਆ ਅੱਛਾ ਜੀ ਹਾਂਜੀ ਜਦੋਂ ਮੌਸਮ ਇਨਸ਼ਾਅੱਲਾ ਤਲਾ ਦਵਾ ਕਰੋ ਇੱਡੀ ਕਲ ਨਿਕਲੇ ਤੇ ਤੁਹਾਨੂੰ ਟਾਈਮ ਨਾਲ ਹੀ ਮਿਲ ਜਾਏਗਾ ਕੈਂਡਾ ਪਹਿਲੂ ਹੀ ਮਿਲ ਜਾਣਗੇ ਬੈਠਾ ਅੱਛਾ ਲਿਖੋ ਜੀ ਤੇ ਪੈਸਿਆਂ ਦਾ ਵੀ ਕਰੋ ਜੀ ਕੀ ਕਰਨਾ ਪੈਸੇ 200 ਰੁਪਏ ਗਾਜ਼ਾ ਹਾਂ 200 ਰੁਪਏ ਗਾਜ਼ਾ ਉਹ ਯਾਰ ਇੱਕ ਵਾਰੀ ਸੁਣ ਲਿਆ 200 ਰੁਪਏ ਗਾਜ਼ਾ ਭਰਾਵਾ ਸੁਣ ਲਿਆ ਪੁੱਤ ਉਹ ਜਿਹੜਾ ਮਾਲਕ ਆ ਉਹ ਬੋਲਣ ਨਹੀਂ ਡਿਆ ਤੂੰ ਉੱਥੇ ਲਿਖਣ ਡਿਆ ਤੂੰ 200 ਰੁਪਏ ਗਾਜ਼ਾ ਫਲਾਨਾ ਢਿੰਗੜਾ ਇੱਕ ਵਾਰੀ ਮੈਂ ਸੁਣ ਲਿਆ 200 ਰੁਪਏ ਗਾਜ਼ਾ ਮੈਂ ਬੋਲਾਂ ਮੈਂ ਓ ਪਾਜੀ ਤੁਸੀਂ ਤਾਂ ਲੜ ਨਹੀਂ ਲੱਗਦੇ ਨਹੀਂ ਲੜਨ ਵਾਲੀ ਕਿਹੜੀ ਗੱਲ ਐ ਇੱਕ ਵਾਰੀ ਮੈਂ ਸੁਣ ਲਿਆ ਤੂੰ ਆਪਣਾ ਚੁੱਪ ਕਰਕੇ ਆਉਂ ਲੈਣਾ ਚਲੋ ਪਾਜੀ ਕੋਈ ਨਹੀਂ ਉਹਨੇ ਜੇ ਕਹਿ ਦਿੱਤਾ ਇੱਕ ਵਾਰੀ ਗੱਲ ਹੋ ਗਈ 200 ਰੁਪਏ ਗਾਜ਼ 200 ਰੁਪਏ ਗਾਜ਼ ਬੜਾ ਕਿਤੇ 2 ਲੱਖ ਰੁਪਏ ਗਾਜ਼ ਆਏ ਚਲੋ ਛੱਡੋ ਭਾਏ ਨਾ ਮੈਂ ਬੈਠੋ ਤੁਸੀਂ ਉਹ ਨਹੀਂ ਇਹਨੂੰ ਯਾਰ ਤਮੀਜ਼ ਸਿਖਾ ਯਾਰ ਉਹ ਬਕਵਾਸ ਆਪਣੀ ਬੰਦ ਰੱਖਿਆ ਕਰ ਮੈਂ ਤੇ ਕਿੰਨੀ ਵਾਰੀ ਕਿਹਾ 200 ਰੁਪਏ ਗਾਜ਼ 200 ਰੁਪਏ ਗਾਜ਼ ਕੀ 200 ਰੁਪਏ ਗਾਜ਼ ਤੂੰ ਲਾਇਆ ਸਵੇਰੇ ਸਵੇਰੇ ਓ ਪਾਜੀ ਓ ਚੁੱਪ ਕਰ ਪੁੱਤ ਆਪਣਾ ਕੰਮ ਕਰ ਚਲੋ ਜੀ ਕੋਈ ਨਹੀਂ ਭਾਜੀ ਉਹਨੇ ਕਹਿ ਦਿੱਤਾ ਸਿਰ ਖੁੱਲ ਜਾਣਗੇ ਇੱਥੇ 5 ਮਿੰਟ ਹੀ ਤਨ ਮੈਂ ਦੱਸਣ ਡਿਆਂ ਉਹ ਯਾਰ 200 ਰੁਪਏ ਦਾ ਪਾਈਨ ਰੇਟ ਦੱਸਿਆ ਵਸੀ ਇਹ ਦੇਖ ਲੈ ਕਿ ਸਿਰ ਚੋਂ ਕਲਮ ਲਾ ਲਾ ਕੇ ਨਾ ਇੰਜ ਕਰਕੇ ਲਾਲ ਰੰਗ ਦੀ ਤਾਂ ਆਊਟਲਾਈਨ ਲਾਏਗਾ ਚਲੋ ਇਸ ਗੱਲ ਨੂੰ ਆਊਟ ਕਰੋ ਭਾਜੀ ਨਹੀਂ ਆਊਟ ਕੀ ਕਰੋ ਯਾਰ ਇੱਕ ਵਾਰੀ 200 ਰੁਪਏ ਦੀ ਗੱਲ ਹੋ ਗਈ ਦਿਮਾਗ ਖਰਾਬ ਕਰਨ ਡਿਆ ਸਵੇਰੇ ਸਵੇਰੇ ਉਹ ਬਾਸ ਉਸ ਗਾਕਾਂ ਦੇ ਨਾਲ ਸਰੀ ਦਿਹਾੜੀ ਖਾਪ-ਖਾਪ ਕੇ ਪਤਾ ਹੁੰਦਾ ਵਾ ਚਲੋ ਜਜ਼ਬਾਤੀ ਨਾ ਹੋ ਸਾਡੀ ਗੱਲ ਗਰੋਲ ਜਾ ਉਹ ਅੰਦਰ ਪਾ ਗਏ ਅਸੀਂ ਸਾਡੀਆਂ ਪਹਿਲੇ ਨਹੀਂ ਭੁਗਤੀਆਂ ਜਾਣ ਡੀਆਂ ਜਿਹੜੇ ਪਹਿਲੀਆਂ ਕੀਤੀਆਂ ਤੂੰ ਨਵੀਂ ਸਾਨੂੰ ਖੇਡ ਚਲੋ ਭਾਜੀ ਛੱਡੋ ਜੇ ਬੱਚੇ ਨੇ ਗੱਲ ਕਰ ਲਈ ਦੂਸਰੀ ਵਾਰੀ ਤੇ ਦਫਾ ਕਰੋ ਕੀ ਹੋ ਗਿਆ ਬੈਠੋ ਇਹ ਕੋਈ ਰੌਲਾ ਨਹੀਂਗਾ ਜਿੱਥੇ ਅਸੀਂ ਪਹਿਲੇ ਕਚੈਰੀਆਂ ਜਾਂਦੇ ਹਾਂ ਤੇਰੇ ਨੌਲੇਜ ਵੀ ਚਲੇ ਜਾਇਆ ਕਰਾਂਗੇ ਦਿਮਾਗ ਖਰਾਬ ਕੀਤਾ ਯਾਰ ਯਾਰ ਕਿੱਥੇ 200 ਰੁਪਿਆ ਤੇ ਕਿੱਥੇ ਉਹ ਬਸ ਕਰੋ ਭਾਈ 200 ਬੱਸ ਬੁਆਸ ਬੰਦ ਕਰ ਲੈ ਆਪਣੀ 200 ਚਲੋ ਭਾਜੀ ਕੋਈ ਗੱਲ ਨਹੀਂ ਉਹਨੂੰ ਤੂੰ ਕਿਹੜਾ ਗੁੱਸਾ ਸੀ ਦੇ ਦਿੱਤਾ 200 ਕੀ ਹੋ ਗਿਆ ਉਨੇ ਜੋ ਕੋ ਗੱਲ ਕਰ ਹੀ ਲਈ ਉਹਦੇ ਮੂੰਹੋਂ ਦੂਸਰੀ ਵਾਰੀ ਨਿਕਲ ਆਇਆ ਤਾਂ ਤੁਸੀਂ ਦਫਾ ਕਰੋ ਜਿੱਥੇ 12 14 ਪਹਿਲੇ ਭੁਗਤਣ ਡਿਆ ਨਾ ਇੱਕ ਤੇਰਾ ਵੀ ਨਾਲ ਭੁਗਤ ਲਾਉਂਗਾ ਉਹ ਭਾਈ ਉਹ ਬੱਸ ਕਰ ਏਡਾ ਤੂੰ ਬਕਵਾਸ ਆਪਣੀ ਬੰਦ ਕਰ ਲੈ ਤੈਨੂੰ ਤਮੀਜ਼ ਹੀ ਨਹੀਂ ਹੈਗੀ ਗਾਗਨ ਭਾਜੀ ਆ ਬੰਦਾ ਲੱਗਣ ਡਿਆ ਤੂੰ ਭੌਂਕੀ ਜਾਣਾ ਅੱਗੇ ਕਾ ਅੱਛਾ ਭਾਜੀ ਸੌਰੀ ਗੱਲ ਖਤਮ ਹੋ ਗਈ ਭਾਈ ਸੌਰੀ ਹਾਂ ਰੇਟ ਦੱਸਣਾ ਵੀ ਗੁਨਾਹ ਚੁੱਪ ਕਰਕੇ ਉਧਰ ਰੇਟ ਦੱਸਣਾ ਫੇਰ ਅੱਗੋ ਦੇਖ ਆਪਣੀ ਟਰੈਕਟਰ ਨਹੀਂ ਨਾ ਤੂੰ ਬੰਦ ਕਰਨ ਡਿਆ ਉਹ ਭਾਈ ਦੇ ਭਾਜੀ ਤੁਸੀਂ ਵੀ ਨਹੀਂ ਕਰਨ ਡਿਆ ਕੀ ਹੋ ਗਿਆ ਤੁਹਾਨੂੰ ਤੁਸੀਂ 12 14 ਵਾਰੀ ਉੱਥੇ ਜਾਣੇ ਆ ਤੇ ਇਹਦਾ ਕੀ ਕਸੂਰ ਆ ਇਹ ਕਿਹੜਾ ਤੁਹਾਡਾ ਟਾਂਗੇ ਵਾਲਾ ਕਿ ਤੁਹਾਨੂੰ ਟਾਈਮ ਨਾਲ ਨਹੀਂ ਪਹੁੰਚਾਉਂਦਾ ਉੱਥੇ ਜੀ ਉਹਨੇ 200 ਦੀ ਗੱਲ ਕਰ ਦਿੱਤੀ ਤੁਸੀਂ ਤੇ ਹੱਥੀ ਪੈਣ ਵਾਲਾ ਨਹੀਂ ਯਾਰ ਇੱਕ ਵਾਰੀ ਗੱਲ ਹੁੰਦੀ ਹੈ 200 200 200 200 ਉਹ ਭਾਜੀ ਤੁਸੀਂ ਕਿਹੜਾ ਕੱਢ ਕੇ ਦੇ ਦਿੱਤਾ ਜੇ ਉਹਨੇ ਤੁਹਾਡੇ ਕੋ ਦੂਰੀ ਵਾਰੀ ਮੰਗ ਲਏ ਪੈਸੇ ਦਫਾ ਕਰੋ ਤੁਸੀਂ ਬੈਠੋ ਸਹੀ ਲੱਗੀ ਏ ਸਹੀ ਲੱਗ ਗਈ ਆ ਹੁਣੇ ਤੇਰੇ ਵੀ ਕੁਝ ਲੱਗ ਜਾਣਾ ਇੱਥੇ ਬੈਠੋ ਤੁਸੀਂ ਅੱਛਾ ਨੰਬਰ ਉਹ ਹੀ ਲਿਖਣਾ ਨਾ ਭਾਜੀ ਜਿਹੜਾ ਵਿੱਚ ਲਹਾ ਕੇ ਗਿਆ ਆ ਉਹ ਹੀ ਲਿਖੋ ਹੋਈ ਚਲੋ ਠੀਕ ਹੈ ਬਸ ਤਾਂ ਭਾਜੀ ਆਪਣੀਆਂ ਪਹਿਲੀਆਂ ਲੜਾਈਆਂ ਜਿਹੜੀਆਂ ਨੇ ਨਾ ਉਹ ਭੁਗਤ ਭੁਗਤ ਕੇ ਥੱਕ ਗਏ ਚਲੋ ਜੀ ਅੱਲਾਹ ਪਾਕ ਤੁਹਾਡਾ ਮਾਮਲਾ ਸਿੱਧੇ ਕਰੇ ਅੱਲਾਹ ਪਾਕ ਰਹਿਮਤ ਕਰੇ ਸਾਰਿਆਂ ਦੇ ਬੈਨਰ ਲਖਾਉਣਾ ਜੀ ਤਹਿਰੀਰ ਜਿਹੜੀ ਹੈ ਉਹ ਸੁਣ ਲਓ ਲਿਖ ਦਿੰਨੇ ਭਾਜੀ ਜ਼ਮੀਨ ਚੋਂ ਆਲੂ ਪਟਾਂਗੇ ਸ਼ਰੀਕੋ ਤੁਹਾਨੂੰ ਕੁੱਟਾਂਗੇ ਜ਼ਮੀਨ ਚੋਂ ਆਲੂ ਪਟਾਂਗੇ ਹਾਂ ਸ਼ਰੀਕੋ ਤੁਹਾਨੂੰ ਕੁੱਟਾਂਗੇ ਕੁੱਟਾਂਗੇ ਇਹ ਬੈਨਰ ਤੇ ਲਿਖਣਾ ਹਾਂਜੀ ਹਾਂਜੀ ਬੈਨਰ ਤੇ ਅੱਛਾ ਲੜਾਈ ਹੋਈ ਹੈ ਨਾ ਸਾਡੀ ਤੇ ਉਹਦੇ ਚੱਕਰ ਚ ਇਹ ਜਿਹੜੇ ਸਾਡੇ ਨੇ ਨਾ ਮੁਖਾਲਫ ਜਿਹਨਾਂ ਨਾਲ ਲੜਾਈ ਹੋਈ ਆਪਣੀ ਹਾਂਜੀ ਇਹ ਉਹਨਾਂ ਦੇ ਬੂਹੇ ਦੇ ਅੱਗੇ ਲਾਉਣਾ ਨਾ ਬੈਨਰ ਅੱਛਾ ਤੇ ਉਰੇਆ ਹਲੋ ਹਾਂਜੀ ਉਰੇਆ ਬਦਮਾਸ਼ਾ ਉਹ ਦੁਰਮਟ ਉਰੇਆ ਪੇਂਟਰ ਬਦਮਾਸ਼ਾ ਰੋਵੇਂ ਬਦਮਾਸ਼ੀ ਨੂੰ ਆ ਬੈਨਰ ਲਖਾਉਣਾ ਮੈਂ ਅੱਛਾ ਜੀ ਤੇ ਇਹ ਜਿਹਨਾਂ ਬੰਦਿਆਂ ਨਾਲ ਸਾਡੀ ਲੜਾਈ ਹੋਈ ਹੈ ਨਾ ਹਾਂਜੀ ਇਹ ਉਹਨਾਂ ਦੇ ਬੂਏ ਅੱਗੇ ਤੂੰ ਲਾ ਕੇ ਆਉਣਾ ਏ ਕੀ ਲੜਾਈ ਤੁਹਾਡੀ ਭਾਈ ਅਸੀਂ ਇਹੋ ਜੇ ਦੁਸ਼ਮਣੀ ਵਾਲੇ ਬੈਨਰ ਨਹੀਂ ਅਸੀਂ ਲਾਣੇ ਅਸੀਂ ਤਾਂ ਹੋਰ ਕੋਈ ਲਾਣੇ ਤੂੰ ਲਾਉਣੇ ਆ ਲਾਉਣੇ ਆਕੜ ਦਾ ਤੂੰ ਇੰਜ ਸਿਗਾ ਜਿੰਨੇ ਆਉਂਦੇ ਆ ਫੜ ਗਿਆ ਇੱਥੇ ਆ ਸਟੋਰ ਤੇ ਇੱਥੇ ਬਹਿ ਜਾ ਇੱਥੇ ਬਹਿ ਲੜਾਈ ਬਹੁਤ ਖਤਰਨਾਕ ਹੋਈ ਹੈ ਜੀ ਤੁਹਾਡੀ ਹਾਂਜੀ ਹਾਂਜੀ ਮਸਲਾ ਕੀ ਬਣ ਗਿਆ ਭਾਜੀ ਲੜਾਈਆਂ ਤਾਂ ਤੌਬਾ ਕਰਨੀ ਚਾਹੀਦੀ ਆ ਘਰ-ਬਾਰ ਵੇਖੋ ਆਪਣੇ ਲੜਾਈਆਂ ਚ ਕੀ ਰੱਖਿਆ ਹੈ ਪਹਿਲੇ ਤੁਸੀਂ ਲਿਖਣਾ ਹੈ ਜ਼ਮੀਨ ਚੋਂ ਆਲੂ ਪੁੱਟਾਂਗੇ ਹਾਂਜੀ ਸ਼ਰੀਕੋ ਤੁਹਾਨੂੰ ਕੁੱਟਾਂਗੇ ਉਹਨਾਂ ਦੇ ਬੂਏ ਅੱਗੇ ਲਾਉਣਾ ਨਾ ਤਾਂ ਕਿ ਕੰਮ ਇੱਕ ਵਾਰੀ ਚੜੇ ਅਗਲੇ ਵੀ ਆਪਣੀਆਂ ਛੁਰੀਆਂ ਬੰਦੂਕਾਂ ਸਿੱਧੀਆਂ ਕਰਨਾ ਉਹਨਾਂ ਨੂੰ ਅਲਰਟ ਕਰ ਰਹੇ ਆ ਅਲਰਟ ਕਰ ਰਹੇ ਆ ਜ਼ਮੀਨ ਚੋਂ ਆਲੂ ਪੁੱਟਾਂਗੇ ਸ਼ਰੀਕੋ ਤੁਹਾਨੂੰ ਕੁੱਟਾਂਗੇ ਹਾਂਜੀ ਹਾਂਜੀ ਇਹ ਸਭ ਤੋਂ ਪਹਿਲੇ ਲਿਖਣਾ ਉੱਤੇ ਵੱਡਾ ਲਾਲ ਰੰਗਣਾ ਵੇ ਬੈਨਰ ਸਾਰਾ ਲਾਲ ਰੰਗ ਨਾਲ ਨਿਕਲਣਾ ਹੈ ਤਾਂ ਕਿ ਪਤਾ ਲੱਗੇ ਕਿ ਖੂਨੀ ਬੈਨਰ ਖੂਨੀ ਖੂਨੀ ਬੈਨਰ ਕਾਤਲੀ ਬੈਨਰ ਕਾਤਲੀ ਹਾਂਜੀ ਅੱਗੇ ਲਿਖਣਾ ਹੈ ਜੀ ਇਸ ਤੋਂ ਥੱਲੇ ਨੁੱਕਰ ਦੇ ਵਿੱਚ ਲਿਖਣਾ ਹੈ ਬੱਕਰੀ ਬੋਲੇ ਟਾਫੀ ਦੇ ਦੇ ਤੁਸੀਂ ਕਹਿਣਾ ਸਾਨੂੰ ਮਾਫੀ ਦੇ ਦੇ ਬੱਕਰੀ ਇਸ ਸ਼ਰੀਕਾਂ ਨੂੰ ਕਹਿ ਰਹੇ ਹੋ ਸ਼ਰੀਕਾਂ ਨੂੰ ਕਹਿ ਰਹੇ ਨਾ ਮਾਫੀ ਤੁਸੀਂ ਮੰਗਣ ਨਾ ਕਿ ਉਹਨਾਂ ਨੇ ਮੰਗਣੀ ਹੈ ਨਹੀਂ ਉਹਨਾਂ ਨੇ ਮੰਗਣੀ ਹੈ ਬੱਕਰੀ ਮੈਨੂੰ ਟਾਫੀ ਦੇ ਦੇ ਬੱਕਰੀ ਬੋਲੇ ਟਾਫੀ ਦੇ ਦੇ ਬੱਕਰੀ ਬੋਲੇ ਟਾਫੀ ਦੇ ਦੇ ਤੁਸੀਂ ਕਹਿਣਾ ਮਾਫੀ ਦੇ ਦੇ ਤੁਸੀਂ ਕਹਿਣਾ ਮਾਫੀ ਇਹ ਬੈਨਰ ਦੇ ਉੱਤੇ ਲਿਖਣਾ ਤਾਂ ਵੱਡਾ-ਵੱਡਾ ਕਰਕੇ ਲਿਖਣਾ ਵੱਡਾ-ਵੱਡਾ ਹਾਂਜੀ ਬੱਕਰੀ ਬੋਲੇ ਟਾਫੀ ਮਾਫੀ ਦੇ ਦੇ ਟਾਫੀ ਦੇ ਦੇ ਕੋਈ ਯਾਰ ਤੂੰ ਕੀ ਲੈਣਾ ਇਸ ਗੱਲ 'ਚ ਭਰਾਵਾ ਉਹਨੇ ਲਿਖਣਾ ਵਾ ਉਹਨੇ ਲਿਖਣਾ ਮੈਂ ਲਿਖ ਕੇ ਕਾਗਜ਼ ਤੁਹਾਡੇ ਤੁਹਾਡੇ ਹੱਥ ਫੜਾਉਣਾ ਦੇਖੀ ਜਾਈਏ ਤੇ ਲਿਖੀ ਜਾਈਏ ਤੇ ਬਾਅਦ ਠੀਕ ਹੈ ਜੀ ਉੱਥੇ ਬਖਰਾ ਮੁਸ਼ਾਇਰਾ ਸ਼ੁਰੂ ਕਰ ਲਿਆ ਐਡਾ ਤੂੰ ਭਾਇਣ ਪੁੱਛਣ ਦੀ ਵੀ ਕੋਈ ਵਾਹ ਨਹੀਂ ਹੈਗੀ ਤੁਹਾਡੀ ਲੜਾਈ ਉਹਨਾਂ ਨਾਲ ਸਾਡੇ ਨਾਲ ਤਾਂ ਕੋਈ ਲੜਾਈ ਨਹੀਂ ਹੈਗੀ ਇੱਕ ਤੁਸੀਂ ਉਹ ਕਹਿੰਦੇ ਵੀ ਹਲੋ ਪੁੱਟਾਂਗੇ ਤੇ ਤੁਹਾਨੂੰ ਕੁੱਟਾਂਗੇ ਇਹ ਮੋਬੈਲ ਲਾਣ ਜਾਵਾਂ ਅਗਲੇ ਉੱਥੇ ਹੀ ਮੈਨੂੰ ਖੰਭੇ ਤੋਂ ਥੱਲੇ ਲਾ ਦੇ ਉਹਨੇ ਕੋ ਨਾ ਬਾਅਦ ਵਿੱਚ ਕੁੱਟਾਂਗੇ ਪਹਿਲੇ ਤੈਨੂੰ ਕੁੱਟਾਂਗੇ ਸੀ ਹੋਰ ਕੀ ਲਿਖਣਾ ਜੀ ਇਹ ਤੇ ਹੋ ਗਿਆ ਨਾ ਦੋ ਹਾਂਜੀ ਅੱਗੇ ਲਿਖਣਾ ਦਫਾ ਕਰ ਜੂਸ ਤੇ ਚਾਹ ਨੂੰ ਤੁਸੀਂ ਕੁੱਟਿਆ ਮੇਰੇ ਭਰਾ ਨੂੰ ਤੇ ਤੁਸੀਂ ਇਸ ਗੱਲ ਨੂੰ ਹੀ ਭਾਜੀ ਦਫਾ ਕਰੋ ਕੀ ਰੱਖਿਆ ਲੜਾਈਆਂ ਜੀ ਨਹੀਂ ਨਹੀਂ ਲੜਾਈ ਤਾਂ ਹੁਣ ਹੋ ਗਈ ਆ ਖੇਤ ਤਾਂ ਹੁਣ ਬਣ ਗਈ ਹੈ ਮਸਬੂਤ ਤਾਂ ਵੇਖੋ ਦਫਾ ਕਰ ਚਾਹ ਨੂੰ ਜੂਸ ਤੇ ਚਾਹ ਨੂੰ ਹਾਂ ਤੁਸੀਂ ਕੁੱਟਿਆ ਮੇਰੇ ਭਰਾ ਨੂੰ ਉਸੇ ਕੁੱਟਿਆ ਮੇਰੇ ਭਰਾ ਨੂੰ ਉਹ ਭਾਜੀ ਹੋਇਆ ਕੀ ਹੈ ਭਾਈ ਜਾਨ ਅਸੀਂ ਰੱਖੇ ਕਬੂਤਰ ਅੱਛਾ ਜੀ ਬਿੱਲੀ ਆਈ ਹੈ ਹਾਂ ਮੈਂ ਹੁਣ ਦੇਖਣ ਡਿਆ ਚਾਹ ਦਾ ਕੱਪ ਮੇਰੇ ਹੱਥ ਚ ਹੈ ਅੱਛਾ ਜੀ ਤੇ ਮੈਂ ਘੋਟ ਲਾਉਣ ਡਿਆ ਤੇ ਨਾਲੇ ਮੈਂ ਦੇਖਣ ਡਿਆ ਕਿ ਬਿੱਲੀ ਸਾਹਮਣੇ ਲਈ ਕੰਨ ਤੇ ਨਾ ਆਉਣ ਦੇ ਆਸਤੇ 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 ਮੈਂ ਹੁਣ ਹਿਸਾਬ ਲਾਇਆ ਮੈਂ ਕਿ ਇੰਨੇ ਕਿਹੜੇ ਸਾਡੇ ਕਬੂਤਰਾਂ ਨੂੰ ਆਉਣਾ ਹਾਂ ਹਾਂ ਠੀਕ ਹੈ ਜਾਣ ਡਈ ਹੈ ਤੁਰੀਆਂ ਫਿਰਦੀਆਂ ਨੇ ਚਲੀਆਂ ਜਾਣ ਸਹੀ ਮੈਂ ਹੁਣ ਜਨਾਬ ਨਾਲ ਘੁੱਟ ਭਰ ਰਿਹਾ ਭਰ ਰਿਹਾ ਭਰ ਰਿਹਾ ਤੇ ਆਈਏ ਸਾਡੇ ਕੋਠੇ ਤੇ ਹੂੰ ਕੋਠੇ ਤੋਂ ਜਨਾਬ ਨਾਲ ਕਬੂਤਰਾਂ ਵਾਲੇ ਪਿੰਜਰੇ ਵੱਲੋਂ ਅੱਛਾ ਤੁਰੀਏ ਮੈਂ ਜਨਾਬ ਹੁਣ ਪੌੜੀਆਂ ਚੜਿਆ ਚਾਹ ਮੈਂ ਉੱਥੇ ਰੱਖੀ ਪੌੜੀਆਂ ਚੜਿਆ ਹੂੰ ਮੇਰੇ ਜਾਣ ਤੋਂ ਪਹਿਲੇ ਪਹਿਲੇ ਨਾਲ ਹੂੰ ਉਹਨੇ ਜਨਾਬ ਕਬੂਤਰ ਇੱਕ ਫੜ ਲਿਆ ਬਿੱਲੀ ਨੇ ਬਿੱਲੀ ਓਏ ਹੋ ਲੈ ਮੈਂ ਰੋੜਾ ਫੜਿਆ ਵਗਾਵਾ ਮਾਰਿਆ ਪਰ ਵਜਾ ਨਹੀਂ ਹੂੰ ਚੰਗਾ ਹੈ ਕਬੂਤਰ ਲੈ ਕੇ ਭੱਜੀ ਏ ਬਾਹਰ ਨਾਲੀ ਲੈ ਗਈ ਆ ਮੈਂ ਰੋਲੀ ਪਾਤੀ ਉਸ ਟਾਈਮ ਇਹ ਆ ਕਿ ਮੇਰਾ ਭਰਾ ਅੰਦਰ ਲੰਮਾ ਪਿਆ ਹੈ ਰਾਤੀ ਕੰਮ ਤੋਂ ਆਇਆ ਸੀਗਾ ਹੂੰ ਤੇ ਜੁੱਤੀ ਉਹਨੇ ਵੀ ਨਹੀਂ ਪਾਈ ਉਹਨੇ ਵੀ ਦੌੜ ਲਾਤੀ ਉਹਨੇ ਬਾਹਰ ਨਾਲ ਸਾਡੇ ਜਾਂਦਿਆਂ ਨੂੰ ਕਬੂਤਰ ਲੀਰੋ ਲੀਰ ਕਰਤਾ ਬਰਹਾ ਨਾ ਕਰਦਾ ਓਏ ਹੋਏ ਹੋਏ ਉਹ ਕਬੂਤਰ ਖਾ ਗਈ ਅਸੀਂ ਹੁਣ ਛੋਟੇ ਡਾਂਗਾ ਲੈ ਲੈ ਕੇ ਮਗਰ ਹੂੰ ਇਹ ਸਾਡੇ ਤੋਂ ਨਾ ਤੀਸਰੇ ਚੌਥੇ ਘਰ ਦੇ ਬੰਦਰ ਵੜੀ ਅੱਛਾ ਬਿੱਲੀ ਬਿੱਲੀ ਅਸੀਂ ਸਾਰੇ ਭਰਾ ਉੱਥੇ ਅਸੀਂ ਕੁੰਡਾ ਖੜਕਾਇਆ ਕਿ ਸਾਡੀ ਬਿੱਲੀ ਕੱਢੋ ਮਤਲਬ ਸਾਡਾ ਮੁਜਰਮ ਹੈ ਆਹੋ ਕਿ ਤੁਹਾਡਾ ਉਹਨੇ ਕਬੂਤਰ ਖਾਦਾ ਬਿੱਲੀ ਇੱਧਰ ਬਾਹਰ ਕੱਢੋ ਉਹਨੂੰ ਸਾਡੇ ਮੱਥੇ ਲਵਾਓ ਉਹਨੂੰ ਸਾਡੇ ਮੱਥੇ ਲਵਾਓ ਤਾਂ ਕਿ ਅਸੀਂ ਇਹ ਕੋ ਆਪਣਾ ਬਦਲਾ ਲਈਏ ਓਏ ਅੱਗੇ ਇਹਨੂੰ ਪੁੱਛੀਏ ਕਿਹੜੀ ਗੱਲ ਬਾਤ ਸੀ ਜਿਹੜੇ ਤੂੰ ਕਬੂਤਰ ਦੇ ਹੱਥੀਂ ਪਈਆਂ ਉਹਦੀਆਂ ਲੀਰਾਂ ਲਾਤੀਆਂ ਹਾਂ ਕੱਪੜਿਆਂ ਚੋਂ ਕੱਢ ਕੇ ਕਬੂਤਰ ਹੀ ਲੈ ਗਈਆਂ ਹਾਂਜੀ ਤੇ ਉਹਨਾਂ ਨੇ ਜਨਾਬ ਬਜਾਏ ਸਾਡੀ ਗੱਲ ਸੁਣਨ ਦੇ ਨਾ ਉਲਟਾ ਕੁੰਡਾ ਲਾ ਲਿਆ ਐ ਮੜਾ ਕੀਤਾ ਉਹਨਾਂ ਨੇ ਕੁੰਡਾ ਲਾ ਲਿਆ ਸੀ ਉਸੇ ਟਾਈਮ ਭਰਾਵਾਂ ਨੇ ਫੇ ਸਲਾਹ ਕੀਤੀ ਕਿ ਸਾਡੇ ਕਾਤਲ ਨੂੰ ਨਾ ਹਾਂ ਇਹਨਾਂ ਨੇ ਪਨਾਹ ਦਿੱਤੀ ਹੈ ਤੇ ਇਹਦਾ ਮਤਲਬ ਹੈ ਕਾਤਲ ਨੂੰ ਪਨਾਹ ਦੇਣ ਵਾਲਾ ਸਾਡਾ ਯਾਰ ਤੇ ਨਾ ਨਾ ਹੋਇਆ ਭਰਾ ਜਿਉਂਦੇ ਫਿਰ ਸਿੱਧਾ ਸਿੱਧਾ ਗੱਲ ਤੇ ਇਹ ਸੀ ਕਿ ਜੇ ਬਿੱਲੀ ਅੰਦਰ ਵੜ ਗਈ ਆ ਇਹਨਾਂ ਨੇ ਦੱਸਿਆ ਕਿ ਇਹਨੇ ਸਾਡਾ ਕਬੂਤਰ ਖਾਦਾ ਉਹ ਬਾਹਰ ਕੱਢ ਕੇ ਚਾਰ ਛਿੱਤਰ ਉਹਨੂੰ ਮਾਰਦੇ ਬਿੱਲੀ ਨੂੰ ਇਹਨੇ ਤਾਂ ਮਾਫੀ ਮੰਗਦੇ ਉਸੇ ਟਾਈਮ ਗੱਲ ਮੁੱਕ ਜਾਣਾ ਅਗਲੇ ਦਿਨ ਮੇਰਾ ਭਰਾ ਉੱਥੇ ਗਿਆ ਹਾਂਜੀ ਤੇ ਉਹਨਾਂ ਨੇ ਫੜ ਕੇ ਵਜਾਇਆ ਹੂੰ ਭਰਾ ਰੋਂਦਾ ਰੋਂਦਾ ਘਰ ਆਇਆ ਮੈਂ ਕਿਹਾ ਹੁਣ ਲੜਾਈ ਐਦਾ ਨਹੀਂ ਹੋਏਗੀ ਹੁਣ ਨਾ ਇਹ ਮਾਮਲਾ ਜਿਹੜਾ ਨਾ ਇਹ ਪੂਰੇ ਪਿੰਡ ਦੇ ਸਾਹਮਣੇ ਹੋਏਗਾ ਓਏ ਹੋਏ ਨਹੀਂ ਤੇ ਤੁਸੀਂ ਭਾਜੀ ਉੱਥੇ ਤੁਸੀਂ ਕਿਤੇ ਦਰਖਾਸਤ ਦਰਖੋਸ ਦੇ ਦੇਣੀ ਸੀ ਐਡਾ ਮਾਮਲਾ ਸੀਰੀਅਸ ਕਾਲੀ ਕਰਨਾ ਨਹੀਂ 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 ਅਸੀਂ ਹੱਥੀ ਨਹੀਂ ਬੜਨਾ ਭਾਈ ਅਗਲੀ ਤੁਸੀਂ ਗੱਲ ਲਿਖਣੀ ਹੈ ਜੀ 24512 24512 ਦੱਸੋ ਪਹਿਲੇ ਕਿੰਨੂੰ ਮਾਰਾਂ ਹੈ ਹਾਂ ਇਹ ਬੜੀ ਸ਼ਾਇਰ ਆ ਨਾ ਜੀ ਦੁਸ਼ਮਣੀ ਲੈ ਰਹਿ ਜੀ ਤੁਸੀਂ ਭਾਈ ਨਾ ਤੇਰਾ ਨਾ ਫੈਸਲ ਰਾਮੇ ਨਾਲ ਨਕਸ਼ਨਣ ਮਿਲਦੇ ਆ ਤੂੰ ਫੈਸਲ ਰਾਮੇ ਬਣਨ ਦੀ ਕੋਸ਼ਿਸ਼ ਨਾ ਕਰ ਐਂਡ ਤੇ ਲਿਖਣਾ ਜੀ 12 ਤਾਰੀਖ ਸ਼ਾਮ 4 ਵਜੇ ਆਪਕੇ ਸਾਥ ਮੇਰੀ ਲੜਾਈ ਹੈ ਇਹ ਦੁਸ਼ਮਣਾਂ ਨੂੰ ਤੁਸੀਂ ਕਹਿ ਰਹੇ ਦੁਸ਼ਮਣਾਂ ਦੇ ਬੂਏ ਅੱਗੇ ਬੈਨਰ ਲਾ ਕੇ ਆਉਣਾ ਇਹਨੇ ਕਿੰਨੇ ਤੂੰ ਤੂੰ ਪੁੱਤ 12 ਤਾਰੀਖ ਸ਼ਾਮ 4 ਵਜੇ ਆਪਕੇ ਸਾਥ ਮੇਰੀ ਲੜਾਈ ਹੈ ਵਕਤ ਕੀ ਪਾਬੰਦੀ ਫਰਮਾ ਕੇ ਸ਼ੁਕਰੀਆ ਦਾ ਮੌਕਾ ਦੇ ਆਹਾ ਔਰਤਾਂ ਕੇ ਲਈ ਪਰਦੇ ਦਾ ਅਲੱਗ ਇੰਤਜ਼ਾਮ ਹੈ ਕੀ ਗੱਲ ਹੈ ਜੀ ਉਥੇ ਤੁਹਾਡੀ ਲੜਾਈ ਚ ਬੁਰਖੇ ਚੱਲਨੇ ਆ ਚਦਰਾਂ ਚੱਲਣੀਆਂ ਨੇ ਮਤਲਬ ਉਹ ਯਾਰ ਭਾਜੀ ਦੁਸ਼ਮਣੀ ਹੈ ਦੁਸ਼ਮਣੀ ਆ ਤੁਸੀਂ ਖੁੱਲਣੇ ਨੇ ਨਹੀਂ ਤੁਸੀਂ ਬਿੱਲੀ ਆ ਜਾਨਵਰ ਆ ਉਹਨੂੰ ਕੀ ਪਤਾ ਮੈਂ ਕਹਦਾ ਕੀ ਖਾਣਾ ਕਹਦਾ ਨਹੀਂ ਖਾਣਾ ਭਾਜੀ ਉਹਨਾਂ ਦਾ ਹੱਕ ਨਹੀਂ ਸੀ ਬਣਦਾ ਕਿ ਸਾਡਾ ਦੁਸ਼ਮਣ ਸਾਡੇ ਹੱਥ ਫੜਾਉਂਦੇ ਕਿ ਭਾਈ ਤੁਸੀਂ ਜਾਣੋ ਚੌਧਰੀ ਜਾਣੇ ਜਾਂ ਕਾਦਰਾ ਜਾਣੇ ਅਸੀਂ ਕੌਣ ਤੇ ਭਾਏ ਨੇ ਜਿੱਡਾ ਦੁਸ਼ਮਣ ਫਰਤੀਲਾ ਹੁੰਦਾ ਨਾ ਦਿਲ ਕਰੇ ਉਹਨਾਂ ਦੇ ਹੱਥ ਵੀ ਨਾ ਆਇਆ ਹੋਵੇ ਕਿਹੜਾ ਦੁਸ਼ਮਣ ਉਹ ਭਾਜੀ ਇਹ ਬਿੱਲੀ ਇਹ ਤੁਸੀਂ ਵੇਖਿਆ ਨਿਗਾ ਇਹ ਤੇ ਹੱਥੀ ਨਹੀਂ ਆਉਂਦੀ ਕਿਸੇ ਦੇ ਵੀ ਇਹ ਤੇ ਵੱਡੇ ਵੱਡੇ ਕੁੱਤਿਆਂ ਦਾ ਇਹ ਉਹ ਹਸ਼ਰ ਕਰ ਦਿੰਦੀ ਆ ਇਹਦੇ ਅੱਗੇ ਕੁੱਤੇ ਬਿੱਲੀਆਂ ਲੱਗਦੇ ਹੁੰਦੇ ਨੇ ਬਸ ਤੁਸੀਂ ਇਹ ਜ਼ੇਹਨ ਬਣਾ ਕੇ ਵੱਡੇ ਵੱਡੇ ਲਫ਼ਜ਼ਾਂ ਨਾਲ ਲਿਖਣਾ ਹੈ ਲਾਲ ਰੰਗ ਨਾਲ ਲਊ ਇੰਜ ਬੈਂਡਰਾਂ ਦੇ ਨੁਕਰਾਂ ਚ ਰੰਗ ਮਾੜਾ ਮਾੜਾ ਚੁਆ ਦੇਣਾ ਇੰਜ ਜਿਵੇਂ ਲਹੂ ਚੋਰੇ। ਇਹੋ ਚੁਆ ਦੇਾਂਗੇ ਉੱਤੇ ਕਬੂਤਰ ਬਣਾ ਕੇ ਨਾ ਤੇ ਨਿਕਾ ਜੇ ਤੀਰ ਵੀ ਉਹਨੂੰ ਠੋਕ ਦੇਾਂਗੇ ਨਹੀਂ ਤੇ ਬਿੱਲੀ ਦਾ ਪੰਜਾ ਇੱਕ ਬਣਾ ਕੇ ਇੰਜ ਕਰਕੇ ਉਹਨੂੰ ਲਾ ਦੇਾਂਗੇ ਤੇ ਉਹ ਚੋਂ ਖੂਨ ਦੀਆਂ ਧਾਰਾਂ ਨਿਕਲ ਰਹੀਆਂ। ਅੱਛਾ ਮੈਂ 2 ਮਿੰਟ ਤੁਹਾਡੇ ਕੋਲ ਬਹਿ ਕੇ ਨਾ ਬਿੱਲੀ ਦੇ ਨਕਸ਼ ਨੇ ਤੁਹਾਨੂੰ ਦੱਸ ਦਊਂਗਾ ਉਦਾਂ ਦੀ ਰਲਦੀ ਮਿਲਦੀ ਬਿਲਡਿੰਗ ਬਣਾ ਦਿਓ। ਐਂਡ ਤੇ ਲਿਖਣਾ ਹੈ ਜੀ ਲੜਾਈ ਕੇ ਮੌਕੇ ਪਰ ਕੁਰਾ ਅੰਦਾਜ਼ੀ ਕੇ ਜ਼ਰੀਏ ਦੋ ਦੁਬਈ ਕੇ ਟਿਕਟ دیے ਜਾਏਗੇ। ਇੱਕ ਇਹਨਾਂ ਨੂੰ ਮਿਲਨੇ ਹੈ ਜੀ ਜਿਹੜਾ ਲੜਾਈ ਧਿਆਨ ਨਾਲ ਵੇਖੇਗਾ। ਇਹ ਉੱਤੇ ਕੁਰਾਨ ਦਾ ਆਉਂਦਿਆ ਨਾ ਲੜਾਈ 'ਚ ਨਹੀਂ ਨਹੀਂ ਇਹ ਤੁਸੀਂ ਇਹ ਲੜਾਈ ਜਦੋਂ ਹੋਣੀ ਆ ਇਹ ਬਾਅਦ 'ਚ ਤੁਸੀਂ ਪਿੰਡ ਵਾਲਿਆਂ ਨੂੰ ਪੁੱਛੋਗੇ ਕਿ ਮੈਂ ਸਾਡੀ ਸ਼ੈ ਕਿਹੜੀ ਕਿੱਥੇ ਵਜੀ ਆ ਉਹਨਾਂ ਦੀ ਸ਼ੈ ਸਾਡੇ ਕਿੱਥੇ ਵਜੀ ਆ ਉਹ ਜਿਹੜਾ ਸਹੀ ਦੱਸੇਗਾ ਉਹਨੂੰ ਦਬਈ ਭੇਜੋਗੇ ਨਹੀਂ ਯਾਰ ਇਹ ਗੱਲ ਨਹੀਂ ਹੈ ਅਸੀਂ ਇਦਾਂ ਕਰਨਾ ਹੈ ਲੜਾਈ ਤੋਂ ਪਹਿਲੇ ਨਾ ਹਾਂਜੀ ਇੱਕ ਬੰਦਾ ਟੇਬਲ ਦੇ ਕੇ ਬਾਹਰ ਬਿਠਾ ਦੇਣਾ ਹੈ ਲੜਾਈ 'ਚ ਆਉਣ ਲੱਗੇ ਨਾ ਹਰ ਬੰਦਾ ਪਹਿਲੇ ਆਪਣਾ شناਤੀ ਕਾਰਡ ਨੰਬਰ ਲਖਾਏਗਾ ਵਾਹ ਵਾਹ ਉਸ ਤੋਂ ਬਾਅਦ ਐਂਡ ਤੇ ਅਸੀਂ ਕੁਰਾਂ ਅਦਾਜ਼ੀ ਕਰਾਂਗੇ ਜਿਹਦਾ ਨਿਕਲਿਆ ਦੁਬਈ ਦਾ ਟਿਕਟ ਦੋ ਟਿਕਟ ਕੱਢੋਗੇ ਦੋ ਟਿਕਟ ਦੁਬਈ ਦੇ ਤੁਸੀਂ ਇੰਨਾ ਖਰਚਾ ਲੜਾਈ ਤੇ ਤੇ ਇੰਨਾ ਖਰਚਾ ਬੈਨਰਾਂ ਤੇ ਕਰਨ ਦਾ ਆ ਹੈ ਤੇ ਤੁਸੀਂ ਉਹਦੇ ਨਾਲ ਦੇ ਕੋਈ 10 ਕਬੂਤਰ ਹੀ ਹੋਰ ਖੁੱਡੇ 'ਚ ਪਾ ਲਓ ਭਾਜੀ ਇਹ ਖੇਡ ਸ਼ੁਰੂ ਹੋ ਗਿਆ ਹੁਣ ਆਹਿੰਦੇ ਤੇ ਤੁਸੀਂ ਲਿਖਣਾ ਹੈ ਜਬ ਤੱਕ ਸੂਰਜ ਚੰਦ ਰਹੇਗਾ ਕਬੂਤਰ ਤੇਰਾ ਨਾਮ ਰਹੇਗਾ ਲੈ ਇਹ ਮੈਨੂੰ ਦੱਸੋ ਕਬੂਤਰ ਕਬੂਤਰ ਤੁਸੀਂ ਐਡਾ ਈਜ਼ੀ ਕਿਉਂ ਲੈ ਲਿਆ ਲੈ ਜਬ ਤੱਕ ਸੂਰਜ ਚੰਦ ਰਹੇਗਾ ਕਬੂਤਰ ਤੇਰਾ ਨਾਮ ਰਹੇਗਾ ਇਹ ਕਬੂਤਰ ਆ ਕੇ ਕੋ ਆਪਣਾ ਹੋ ਰਿਹਾ ਰਿਸ਼ਤਾ ਸੀ ਇਹਦੇ ਨਾਲ ਉਹ ਪਾਜੀ ਨਹੀਂ ਇਹ ਇਹ ਖੇਡ ਜਿਹੜੀ ਇਹ ਸ਼ੁਰੂ ਹੋ ਗਈ ਆ ਨਾ ਹੁਣ ਉਹ ਯਾਰ ਕਿਹੜੀ ਖੇਡ ਸ਼ੁਰੂ ਹੋ ਗਈ ਆ ਬਿੱਲੀ ਆਈ ਆ ਕਬੂਤਰ ਉਹਨੇ ਵੇਖਿਆ ਉਹਨੂੰ ਝਪਟਾ ਮਾਰਿਆ ਉਹ ਲੈ ਗਈ ਪਾਜੀ ਤੁਹਾਡੇ ਵਾਸਤੇ ਕਬੂਤਰ ਆ ਨਾ ਸਾਡੀ ਤੇ ਉਹ ਜਿੰਦ ਜਾਨ ਸੀ ਇਹ ਇੰਨਾ ਕਿਸੇ ਜਦੋਂ ਮੈਂ ਲਿਆਂਦਾ ਹਾਂ ਇੰਨਾ ਇੰਨਾ ਕ ਪਹਿਲੇ ਕਬੂਤਰ ਜੂ ਹੁੰਦੀ ਸੀ ਉਹ ਨਹੀਂ ਬੱਚਾ ਸੀ ਨਾ ਸਾਡੇ ਵਾਸਤੇ ਦਾ ਇੰਨਾ ਕੀ ਸੀ ਨਾ ਬੰਦਾ ਕਹੇ ਨਾ ਆਪਣੇ ਮੁੰਡਿਆਂ ਨੂੰ ਬੰਦਾ ਕਹਿੰਦਾ ਮੇਰੇ ਬਸ ਤੁਸੀਂ ਇੰਨੇ ਇੰਨੇ ਆ ਉਹ ਬੱਚਿਆਂ ਨੂੰ ਨਹੀਂ ਕਹਿੰਦੇ ਨਾਈ ਨੂੰ ਕਹਿੰਦਾ ਵੀ ਇੰਨੇ ਨੇ ਰੱਖ ਦੇ ਇੰਨੇ ਨੇ ਰੱਖ ਦੇ ਤੁਸੀਂ ਕਬੂਤਰੇ ਇਹਦੇ ਰੱਖ ਦੇ ਵਾਲ ਵਾਲ ਕਹਿੰਦਾ ਤੇ ਨਾਈ ਨੂੰ ਨਹੀਂ ਕਹਿੰਦਾ ਇੰਨੇ ਇੰਨੇ ਰਹਿਣ ਦੇ ਹਾਂ ਕਬੂਤਰ ਐ ਡਾਡਾ ਲੱਭਾ ਅੱਛਾ ਮਾਲਕ ਉਹ ਬੈਠਾ ਆ ਤੂੰ ਉਹਦੇ ਕੋ ਮੁਲਾਜ਼ਮ ਆ ਲੇਕਿਨ ਗੱਲਾਂ ਤੂੰ ਵੱਦ ਵੱਦ ਕੇ ਕਰ ਰਿਹਾ ਯਾਰ ਇਹ ਮੁਲਾਜ਼ਮ ਨਹੀਂ ਹੈ ਮੇਰਾ ਪੁੱਤਰ ਆ ਮੁਲਾਜ਼ਮ ਨਹੀਂ ਮੁਲਾਜ਼ਮ ਵੀ ਆਪਣੇ ਪੁੱਤਰਾਂ ਅੰਦਰ ਰੱਖੇ ਆ ਮੁਲਾਜ਼ਮ ਵੀ ਇਨਸਾਨ ਹੁੰਦੇ ਆ ਇਹਨਾਂ ਦੇ ਅੰਦਰ ਵੀ ਉਹੀ ਸ਼ਾਵਾਂ ਹੁੰਦੀਆਂ ਜਿਹੜੀਆਂ ਵੱਡੇ ਇਨਸਾਨ ਦੇ ਹੁੰਦੀਆਂ ਤੂੰ ਬਾਰ-ਬਾਰ ਮੁਲਾਜ਼ਮ ਕਹਿ ਕੇ ਇਹਨੂੰ ਮੁਲਾਜ਼ਮ ਨਾ ਬਣਾ ਮੈਨੂੰ ਚੇਤਾ ਨਾ ਕਰਾ ਕਿ ਮੈਂ ਫਰਾਉਨ ਬਣ ਜਾਵਾਂ ਉਹ ਪਹਿਲੇ ਹੀ ਚੌੜਾ ਆ ਉਹਨੇ ਹੋਰ ਚੌੜਾ ਹੋ ਜਾਣਾ ਹੁਣ ਦੇਖੀ ਕਿਦਾਂ ਵੱਧ ਵੱਧ ਗੱਲਾਂ ਕਰਦਾ ਉਹ ਤਾਂ ਪਹਿਲੇ ਨਹੀਂ ਸੀ ਫੜਿਆ ਜਾਂਦਾ ਤੇ ਬਾ ਤੂੰ ਕਿਹੜਾ ਘਟ ਘਟ ਗੱਲਾਂ ਕਰਨ ਨੇ ਯਾਰ ਤੂੰ ਕਿਹੜੀ ਗੱਲ ਕਰਨ ਨੇ ਹੈ ਕੋ ਕੋ ਬੰਦਾ ਇਨਸਾਨ ਬਣੋ ਤੁਸੀਂ ਕਬੂਤਰ ਤੋਂ ਕਿੱਥੇ ਤੱਕ ਕੰਮ ਵਧਾ ਲਿਆ ਕਿ ਤੁਹਾਡਾ ਕਤਲੋਗਾਰਦ ਸ਼ੁਰੂ ਹੋ ਜਾਵੇ ਤੁਹਾਡੀ ਤੇ ਅੱਗੇ ਜਾ ਕੇ ਜਦੋਂ ਤੁਹਾਨੂੰ ਉੱਥੇ ਪੁੱਛਣਾ ਨਾ ਜਾਜ ਨੇ ਕਿ ਵਕੂਆ ਕੀ ਸੀ ਉੱਥੇ ਕੀ ਦੱਸੇਗਾ ਕੀ ਕਿ ਮੈਂ ਚਾਹ ਪੀਂਦੇ ਸੀ ਬਿੱਲੀ ਬਨੇਰੇ ਬਨੇਰੇ ਆਈ ਆ ਕਿੱਲੀ ਨੱਚ ਪੱਟਾ ਮਾਰਿਆ ਕਬੂਤਰ ਲੈ ਗਈ ਬਾਹਰ ਸਾਡੀਆਂ ਅੱਖਾਂ ਦੇ ਸਾਹਮਣੇ ਉਹਦੇ ਕਪੜੇ ਲਾਂਘੇ ਦੇ ਵਿੱਚੋਂ ਮਾਸ ਲੈ ਗਈ ਹੈ ਤੇ ਕਬੂਤਰ ਕਿਬਲੀ ਵੜੀ ਹੈ ਸਾਹਮਣੇ ਘਰ ਹਾਂਜੀ ਉਹਨਾਂ ਨੇ ਅੰਦਰੋਂ ਬੂਹੇ ਲਾ ਲਿਆ ਹਾਂਜੀ ਤੇ ਦਿਲ ਕਰੇ ਉਹਨਾਂ ਦਾ ਵੀ ਨੁਕਸਾਨ ਬਿੱਲੀ ਕਰ ਗਈ ਹੋਵੇ ਉਹ ਯਾਰ ਗੱਲ ਇਹ ਨਹੀਂ ਹੈਗੀ ਜਦ ਅਸੀਂ ਜੂ ਉਹਨਾਂ ਦੇ ਬੂਹੇ ਤੇ ਜਾ ਕੇ ਕਿਹਾ ਕਿ ਸਾਡਾ ਮੁਜਰਮ ਸਾਡੇ ਹਵਾਲੇ ਕਰੋ ਤੇ ਉਹਨਾਂ ਨੇ ਕੁੰਡਾ ਕਿਉਂ ਲਾਇਆ ਤੇ ਜੀ ਭਾਜੀ ਉਹਨਾਂ ਨੇ ਸ਼ਾਇਦ ਉਹਨਾਂ ਨੇ ਕੀਤਾ ਹੋਵੇ ਕਿ ਅਸੀਂ ਮੁਜਰਮ ਫੜ ਕੇ ਦੇ ਦਈਏ ਤੇ ਮੁਜਰਮ ਨੇ ਸ਼ਾਇਦ ਉਹਨਾਂ ਨੂੰ ਵੀ ਲੌਂਦਰਾ ਸ਼ੌਂਦਰਾ ਮਾਰ ਕੇ ਜ਼ਖਮੀ ਕਰ ਦਿੱਤਾ ਹੋਵੇ ਤੇ ਜਿੱਦਣ ਮੇਰਾ ਅਗਲਾ ਅਗਲੇ ਦਿਨ ਮੇਰਾ ਭਰਾ ਉੱਥੇ ਗਿਆ ਉਹਨਾਂ ਦਾ ਹੱਕ ਉਹਨਾਂ ਦਾ ਕੀ ਹੱਕ ਬਣਦਾ ਸੀ ਉਹਨੂੰ ਕੁੱਟਣ ਦਾ ਭਾਜੀ ਉਹਨਾਂ ਨੇ ਭਰਾ ਤੁਹਾਡੇ ਨੂੰ ਪੁੱਛਦਾ ਕਿਉਂ ਕੁੱਟਿਆ ਜਿਹੜਾ ਤੁਹਾਡਾ ਮੁਜਰਮ ਗਿਆ ਉਧਰ ਉਹਨਾਂ ਨੇ ਉਹਦੀ ਫੈਮਲੀ ਕੀਤੀ ਡੈਮੇਜ ਉੱਤੋਂ ਤੁਹਾਡਾ ਭਰਾ ਚਲਾ ਗਿਆ ਉਹ ਕਹਿੰਦੇ ਹੁੰਦੇ ਆ ਜਿਲੇ ਤੇ ਨਮਕ ਛਿੜਕਣ ਤੇ ਫਿਰ ਅਗਲੇ ਵਾਲੇ ਮਾਰਨਾ ਹੀ ਸੀ ਬਰਲੇ ਲੜਾਈ ਹੁਣ ਹੋਏਗੀ ਚਲੋ ਜੀ ਅਸੀਂ ਪਾਜੀ ਬੈਨਰ ਲਿਖਣੇ ਹਾਂ ਜੀ ਬੈਨਰ ਲਿਖਣੇ ਆ ਤੇ ਬੈਨਰ ਉਹਨਾਂ ਦੇ ਘਰ ਦੇ ਅੱਗੇ ਜਾ ਕੇ ਲਾਉਣਾ ਆ ਇਹ ਪਾਜੀ ਅੰਦਰੋਂ ਬੰਦੇ ਨਿਕਲਣ ਤੁਹਾਡੇ ਨਾਲ ਕੋਈ ਵਾਅਦਾ ਘਟਾ ਕਰਨ ਉਹਦੀ ਜ਼ਿੰਮੇਵਾਰੀ ਤੁਹਾਡੀ ਆ ਲੈ ਤੁਹਾਡੀ ਕੋਈ ਨਹੀਂ ਨਹੀਂ ਸਾਡੀ ਕਦੀ ਸਾਡੀ ਤੁਹਾਡੀ ਬਦਮਾਸ਼ੀ ਕਿੱਥੇ ਗਈ ਸਾਡੀ ਜਿਹੜੀ ਆ ਨਾ 12 ਤਰੀਕ ਸ਼ਾਮ ਨੂੰ 4 ਵਜੇ ਸਾਡਾ ਟਾਈਮ ਸ਼ੁਰੂ ਹੋਣਾ 12 ਤਰੀਕ ਉਸ ਤੋਂ ਪਹਿਲੇ ਉਹ ਦਿਲ ਕਰੇ ਇਹਦਾ ਲਿੱਤਰ ਪੌਲਾ ਕਰਦੇ ਤੁਹਾਡਾ ਟਾਈਮ 12 ਵਜੇ ਨਹੀਂ ਇਹ ਆ ਕਿ ਅਗਰ ਤੁਹਾਡੇ ਨਾਲ ਕੁਝ ਕਰਨਗੇ ਬੈਨਰ ਲਾਉਂਦੇ ਆ ਇਸ ਸ਼ਾਮ ਨੂੰ 12 ਤਰੀਕ ਸ਼ਾਮ 5 ਵਜੇ ਤੁਹਾਨੂੰ ਵੀ ਦਾਵਤ ਆ ਕਿਹਨਾਂ ਨੂੰ ਕਿਉਂਕਿ ਤੁਸੀਂ ਵੀ ਆਪਣੀ ਲੜਾਈ ਲੜ ਲੈਣਾ ਭਾਜੀ ਜਦੋਂ ਰਹਿਣਾ ਹੀ ਨਹੀਂ ਚਲੋ ਜੀ 12 ਤਰੀਕ ਸ਼ਾਮ 4 ਵਜੇ ਲੜਾਈ ਕੇ ਬਾਅਦ ਇਸ ਬੰਦੇ ਦਾ ਆਪਾਂ ਜਨਾਜ਼ਾ ਦਾ ਐਲਾਨ ਕਰਾਂਗੇ ਕੱਲ ਤੁਸੀਂ ਕਿਹੜਾ ਟਾਈਮ ਦਿੱਤਾ ਲੜਾਈ ਦਾ ਸੋਹਿਆ 12 ਤਰੀਕ ਸ਼ਾਮ 4 ਵਜੇ ਆ ਤੇ ਅਸੀਂ ਕੀ ਕਵਾਂਗੇ ਕਿ 12 ਤਰੀਕ ਸ਼ਾਮ 4 ਵਜੇ ਦੁਰਮੜ ਕੇ ਕੁਲੋਂ ਦਾ ਖਤਮ ਹੈ ਹਰ ਬੰਦਾ ਹਾਜ਼ਰੀ ਦੇਵੇ ਉੱਥੇ ਉਸਤਾ ਜੀ ਖੁਦਾ ਦਾ ਨਾਜ਼ੀ ਹੈ ਆ ਵੇਖੋ ਨਹੀਂ ਤੇਰੀ ਬਦਮਾਸ਼ੀ ਕਿੱਥੇ ਆ ਮੇਰੀ ਗੱਲ ਸੁਣ ਇਹ ਬੈਨਰ ਲਖਵਾਉਣ ਦਾ ਕਿ ਲੜਾਈ ਤੋਂ ਬਾਅਦ ਜਮਾ ਕੀ ਕਹਿੰਦੇ ਹੁੰਦੇ ਆ ਨਮਾਜ਼ੇ ਜਨਾਜ਼ਾ ਨਮਾਜ਼ੇ ਜਨਾਜ਼ਾ ਹੈ ਯਾਰ ਤੂੰ ਕਿਹੜੀ ਗੱਲ ਕਰਨਿਆ ਇਹ ਅਸੀਂ ਬੈਨਰ ਲਿਖ ਦਿੰਨੇ ਆ ਮੇਰਾ ਭਰਾ ਲਵਾਉਣੇ ਤੂੰ ਆ ਨਹੀਂ ਨਹੀਂ ਲਵਾਉਣੇ ਨਹੀਂ ਮੈਂ ਸਮਝ ਗਿਆ ਇਸ ਭਾਈ ਦਾ ਪਲੱਕੀ ਮਿਸ਼ਨ ਆ ਇਹ ਬੈਨਰ ਇਹ ਲਖਵਾਉਣ ਵਾਸਤੇ ਨਹੀਂ ਮੰਗਵਾਏ ਇਹ ਬੈਨਰ ਮੇਰਾ ਕਫਨ ਬਣਾਉਣ ਦੇ ਚਕਰਾਂ ਚ ਮੈਂ ਸਮਝ ਗਿਆ ਭਾਈ ਦੀ ਸਿਆਸਤ ਕੁਛ ਹੋਰ ਉਹ ਨਹੀਂ ਪੁੱਤ ਲਿਖਿਆ ਕਫਨ ਨਹੀਂ ਪਾਉਂਦੇ ਸਾਦਾ ਹੀ ਚੱਲਦਾ ਐਂਡ ਤੇ ਐਂਡ ਤੇ ਬੈਨਰ ਦੇ ਥੱਲੇ ਸਭ ਤੋਂ ਐਂਡ ਦੇ ਹਾਂਜੀ ਲਿਖਣਾ ਹੈ ਅਹਿਲੇ ਇਲਾਕਾ ਕੇ ਲਈ ਲੜਾਈ ਕੇ ਬਾਦ ਬਦਾਨੇ ਔਰ ਨਮਕ ਪਾਰੇ ਕਾ ਵੀ ਇੰਤਜ਼ਾਮ ਹੈ ਖੈਰ ਹੋਵੇ ਖੈਰ ਹੋਵੇ ਖੈਰ ਖੈਰ ਇਹ ਆ ਵੀ ਤੁਸੀਂ ਬਦਾਨਾ ਨਮਕ ਪਰੇ ਖਾਣ ਤੋਂ ਬਗੈਰ ਨਹੀਂ ਹੋਣਾ ਉਥੋਂ। ਉਹ ਯਾਰ ਖਾਣੇ ਕਿੰਨੇ ਆ ਭਰਾਵਾ ਜਦੋਂ ਰਹਿਣਾ ਹੀ ਨਹੀਂ। ਜਿਨ੍ਹਾਂ ਨੇ ਤੇਰੇ ਭਰਾ ਨੂੰ ਫੜ ਕੇ ਛਿੱਲਿਆ ਇਹ ਹੁਣ ਉਹਨਾਂ ਦੇ ਖਿਲਾਫ ਬਾਹਰ ਬੈਨਰ ਲਾਵੇ। ਉਹਨਾਂ ਨੂੰ ਲੱਗ ਜਾਵੇ ਪਤਾ ਤੇ ਇਹਨਾਂ ਇਹਦਾ ਤੇ ਉਹਨਾਂ ਨੇ ਬਣਾ ਦੇਣਾ ਨਾ ਕੋ ਰੰਗ ਵਾਲਾ ਡੱਬਾ ਜਿਆ। ਉਹਨਾਂ ਦੇ ਬੂਏ ਦੇ ਬਿਲਕੁਲ ਸਾਹਮਣੇ ਬੈਨਰ ਲਾਉਣਾ ਹੈ ਤਾਂ ਕਿ ਨਾ ਇੰਜ ਨਿਕਲਦੇ ਨਾ ਮਤਲਬ ਘੱਟੇ ਲੱਗੇ। ਇੰਜ ਆਪਣੇ ਬੂਏ ਬਾਹਰ ਨਿਕਲਣ ਤਾਂ ਬੈਨਰ ਇੰਜ ਮੱਥੇ ਲੱਗੇ। ਇਹ ਜਦੋਂ ਕਿਸੇ ਬਜ਼ੁਰਗ ਕੋ ਜਾਓ ਨਾ ਤੇ ਕਹੋ ਜੀ ਕਿ ਮੇਰੇ ਘਰ ਆ ਮੁਸੀਬਤ ਆ ਉਹ ਲਿਖ ਕੇ ਦਿਨਾ ਹੁੰਦਾ ਤਵੀਜ਼ ਕਿ ਜਾ ਕੇ ਨਾ ਉੱਥੇ ਲਾਉਣਾ ਵਾ ਕਿ ਜਦੋਂ ਤੁਸੀਂ ਬਾਹਰ ਨਿਕਲੋ ਤੁਹਾਡੀ ਨਜ਼ਰ ਪਵੇ ਇਹ ਤੁਸੀਂ ਬੈਨਰ ਵਾਲਿਆਂ ਕੋ ਆਏ ਆ ਹਾਂਜੀ ਹਾਂਜੀ ਬੈਨਰ ਹੀ ਲਾਉਣਾ ਤੁਸੀਂ ਬੈਨਰ ਨਾਲ ਹੱਥ ਵੀਤ ਲਾ ਲਓ ਉਸਤਾਦ ਰਦੀ ਗੱਲ ਸਹੀ ਆ ਹਾਂ ਤੂੰ ਬਦਮਾਸ਼ੀ ਕਰਨ ਦੇ ਸੀ ਨਾ ਜਿਹਲੇ ਮੈਂ ਆਇਆ ਹੁਣ ਤੇਰੀ ਬਦਮਾਸ਼ੀ ਦਾ ਪਤਾ ਲੱਗਣਾ ਤੂੰ ਕਿੰਡਾ ਕ ਵੱਡਾ ਭਾਈ ਆ ਕੀ ਆਂਦੇ ਆ ਤੇਰੇ ਤੇ ਕਰੂਲੀ ਕਰਤੀ ਕਿਹੜੀ ਬਦਮਾਸ਼ੀ ਕੀਤੀ ਪਾਜੀ ਮੈਂ ਤੁਹਾਨੂੰ ਰੇਟ ਦੱਸਿਆ ਸੀ ਵੀ ਇਹ ਬੈਨਰ ਦਾ ਰੇਟ ਮੈਂ ਕੋਈ ਤੁਹਾਡਾ ਬਤਮੀਜ਼ੀ ਨਹੀਂ ਕੀਤੀ ਅਸੀਂ ਤੁਹਾਡੇ ਕੋਲ 200 ਰੁਪਏ ਵੀ ਨਹੀਂ ਰੇਟ ਲੈਣਾ ਅਸੀਂ ਤੁਹਾਡੇ ਬੈਨਰ ਹੀ ਨਹੀਂ ਲਿਖਣੇ ਪਾਜੀ ਨਹੀਂ ਨਹੀਂ ਬੈਨਰ ਕਿਉਂ ਨਹੀਂ ਲਿਖਣੇ ਤੁਹਾਡਾ ਕੰਮ ਨਹੀਂ ਐਡੀ ਵੱਡੀ ਤੁਹਾਡੀ ਦੁਸ਼ਮਣੀ ਚ ਅਸੀਂ ਆਣ ਕੇ ਅਸੀਂ ਆਪ ਹੀ ਸੇ ਜਾਣਾ ਵਾ ਤੁਸੀਂ ਆਵੇ ਸ਼ਰੀਫ ਆਦਮੀ ਨੇ ਇਹਨਾਂ ਨਾਲ ਨਾਲ ਲੈ ਕੇ ਆ ਸ਼ਰੀਫ ਆਦਮੀ ਤਾਂ ਲੱਭਣ ਨੇ ਹਾਂਜੀ ਭਰਾਰ ਜੋ ਯਾਰ ਤੂੰ ਹੋਣਾ ਬਦਮਾਸ਼ਾ ਕੌਣ ਤੂੰ ਆ ਪਾਇਨ ਸਾਡੇ ਹੱਥ ਚ ਕਲਮਾਂ ਨੇ ਤਲਵਾਰਾਂ ਨਹੀਂ ਹੈਗੀਆਂ ਤੁਸੀਂ ਗਲਤ ਸਮਝਦੇ ਪੈ ਜੇ ਇਹ ਤੇਰਾ ਕੀ ਕੰਮ ਆ ਕੇ ਪਿਸਤੌਲ ਦੀ ਮੈਗਜ਼ੀਨ ਦੇ ਨਾਲ ਲਿਖਣ ਡਿਆ ਕੌਣ ਆ ਨੀ ਮੁੰਡਾ ਗੱਲ ਤੇ ਇਦਾਂ ਹੀ ਕਰਨ ਡਿਆ ਸੀ ਜਿੱਦਾਂ ਬਦਮਾਸ਼ ਹੁੰਦਾ ਹੈ। ਉਹ ਯਾਰ ਭਾਜੀ ਤੁਸੀਂ ਵੀ ਤੇ ਗੱਲ ਗਲਤੀ ਕਰਨ ਡਿਆ ਹੈ ਨਾ ਜਾਓ ਖੁਦਾ ਦਾ ਨਾਮ ਆਜੇ ਤੁਹਾਡਾ। ਕੀ ਕੰਮ ਕਰ ਜਾ ਆ ਗਿਆ ਆਪਣਾ। ਜੀ ਕਹਿੰਦਾ ਜੀ ਆਹ ਲਿਖਣਾ ਹੈ ਅਹਲੇ ਇਲਾਕਾ ਕੇ ਲੜਾਈ ਕੇ ਬਾਦ ਬਦਾਨੇ ਔਰ ਨਮਕ ਪਾਰੇ ਕਾ ਵੀ ਇੰਤਜ਼ਾਮ ਹੈ। ਤੇ ਯਾਰ ਤੁਸੀਂ ਉੰਜ ਕਿਤੇ ਦੁਆ ਖੈਰ ਕਰਾ ਕੇ ਵੰਡ ਦਿਓ। ਤੁਸੀਂ ਲੜਾਈ ਤੋਂ ਬਾਅਦ ਜ਼ਰੂਰ ਵੰਡਣਾ। ਨਹੀਂ ਲੜਾਈ ਤੋਂ ਬਾਅਦ ਲੋਕਾਂ ਨੇ ਆਉਣਾ ਇੰਤਜ਼ਾਰ ਕਰਨਾ ਐ ਇੰਨਾ ਬੈਣਾ ਕੋਈ ਖਾਣ ਪੀਣ ਦੀ ਤਾਂ ਬਚੀ। ਇਹ ਤੁਹਾਨੂੰ ਪਤਾ ਕਿ ਲੜਾਈ 'ਚ ਤੁਸੀਂ ਰਹਿ ਜਾਣਾ ਤੁਸੀਂ ਬਦਾਨਾ ਵੰਡਣ ਦੇ ਕਾਬਿਲ ਵੀ ਰਹਿਣਾ ਕਿ ਨਹੀਂ। ਉਹ ਬਾ ਤੇ ਦੁਬਈ ਦੇ ਦੋ ਟਿਕਟ ਲੜਾਈ ਤੋਂ ਫੌਰਨ ਬਾਅਦ ਵਾਹ 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 ਲੜਾਈ ਮੁਬਾਰਕ ਸੇ ਖੁਸ਼ ਨਸੀਬ ਕੋ ਦੋ ਟਿਕਟ ਦੁਬਈ ਕੇ ਦਿੱਤੇ ਜਾਏਗੇ ਗੱਲ ਪਤਾ ਭਾਜਨ ਕੀ ਹੈ ਕੋਈ ਹੈ ਨਾ ਉਹਨਾਂ ਦੇ ਨਾਲ ਬਹਿ ਕੇ ਕੋ ਜਿਹੜੇ ਚਾਰ ਮੱਲੇ ਵਾਲੇ ਨੇ ਉਹਨਾਂ ਨਾਲ ਬਹਿ ਕੇ ਗੱਲ ਮੁਕਾਓ ਬਿੱਲੀ ਕਿਹੜਾ ਉਹਨਾਂ ਦੀ ਕੋਈ ਜ਼ਾਤੀ ਸੀ ਕਿ ਜਿਹੜੀ ਆਣ ਕੇ ਤੁਹਾਡਾ ਕਬੂਤਰ ਫੜ ਕੇ ਲੈ ਗਈ ਨਹੀਂ ਇਹ ਲੜਾਈ ਹੁਣ ਹੋਣੀ ਹੀ ਹੋਣੀ ਆ ਬਸ ਹਾਂਜੀ ਇਹ ਹੋਣੀ ਆ ਇਹ ਫੇ ਭਾਜੀ ਤੁਸੀਂ ਜਾ ਕੇ ਲੜੋ ਅਸੀਂ ਤੁਹਾਡਾ ਕੰਮ ਨਹੀਂ ਫੜਨਾ ਨਹੀਂ ਨਹੀਂ ਕੰਮ ਕਿੱਦਾਂ ਨਹੀਂ ਕਰਨਾ ਨਹੀਂ ਅਸੀਂ ਨਹੀਂ ਕਰਨਾ ਭਾਜੀ ਹਾਂ ਅਸੀਂ ਮਾੜੇ ਬੰਦੇ ਆ ਉਹ ਨਹੀਂ ਮਾੜੇ ਮੂੜੇ ਵਾਲੀ ਗੱਲ ਕੋਈ ਨਹੀਂ ਭਾਈ ਜਦ ਬੈਨਰ ਲਿਖਣਾ ਹੈ ਤਾਂ ਲਿਖਣਾ ਹੈ ਦੁਕਾਨ ਕਾਦੇ ਬਸ ਭਾਈ ਫੇ ਦੁਕਾਨ ਚੋਕ ਲਓ ਇੱਥੋਂ ਕਿਉਂ ਚੋਕ ਲਈਏ ਯਾਰ ਤੂੰ ਲਵਾ ਕੇ ਗਿਆ ਇੱਥੇ ਦੁਕਾਨ ਤੇਰੇ ਕਹਿਣ ਤੇ ਅਸੀਂ ਚੱਕ ਲਈਏ ਇੱਕ ਤੇ ਤੂੰ ਆਉਂਦੀਆਂ ਪਹਿਲੇ ਮੁੰਡੇ ਨਾਲ ਸਿੱਧਾ ਹੋ ਗਿਆ ਉਹਨੇ ਤੈਨੂੰ ਕਿਹਾ ਕਿ ਭਾਜੀ 200 ਰੁਪਏ ਤੇ ਤੂੰ ਉਹਦੇ ਗਲ ਪੈ ਗਿਆ ਕਿ ਤੂੰ ਬਦਮਾਸ਼ ਆ ਉਹ ਤੈਨੂੰ ਬਦਮਾਸ਼ ਲੱਗਣ ਡਿਆ ਲੱਗਣ ਡਿਆ ਮੇਰੇ ਨਾਲ ਨਾ ਜ਼ਰਾ ਤੂੰ ਆਰਾਮ ਨਾਲ ਦੇਖਣਾ ਤੇ ਮੂੰਹ ਵਿੰਗੇ ਸਿੱਧੇ ਨਾ ਕਰ ਮੇਰੇ ਨਾਲ ਉਹ ਭਾਜੀ ਮੂੰਹ ਵਿੰਗੇ ਸਿੱਧੇ ਨਹੀਂ ਕਰਨ ਡਿਆ ਉਹਨੂੰ ਲਕਬੇ ਦੀ ਸ਼ਿਕਾਇਤ ਆ ਲਕਬੇ ਦੀ ਸ਼ਿਕਾਇਤ ਆ ਕੀ ਹੋ ਗਿਆ ਤੁਹਾਨੂੰ ਉਹਨੂੰ ਦੇਸੀ ਜੰਗਲੀ ਕਬੂਤਰ ਖਵਾ ਖਵਾ ਥੱਕ ਗਿਆ ਆ ਹੁਣ ਕੋ ਮਾੜਾ ਮੋਟਾ ਮੂੰਹ ਸਿੱਧਾ ਹੋਇਆ ਉਹ ਲੱਗਦਾ ਸਿੱਧਾ ਹੁੰਡਿਆ ਉਹ ਯਾਰ ਸਿੱਧਾ ਹੀ ਆ ਤੂੰ ਆਪਣਾ ਨਾ ਜਾ ਕੇ ਸਿੱਧੇ ਮੂੰਹ ਨਾਲ ਗੱਲ ਕਰ ਮੇਰੇ ਨਾਲ ਮੈਂ ਦੱਸਣ ਡਿਆ ਕੋਈ ਉਹ ਤੇਰੇ ਨਾਲ ਕੀ ਐਂ ਗੱਲ ਕਰਨ ਡਿਆ ਜਾ ਆਪਣਾ ਕੰਮ ਕਰ ਮੇਰਾ ਵੀਰ ਕਿੰਨੇ ਪੈਸੇ ਮੁੱਕੋ ਮੇਰੇ ਨਾਲ ਪੈਸੇ ਤੁਸੀਂ ਜਾ ਕੇ ਉਹਨਾਂ ਨਾਲ ਮੁੱਕੋ ਬਿੱਲੀ ਵਾਲਿਆਂ ਨਾਲ ਜਾਓ ਕਿਤੇ ਇੱਕ ਹੋਰ ਨਾ ਖਾ ਗਈ ਹੋਵੇ ਉਹਨਾਂ ਨਾਲ ਤੁਸੀਂ ਮੁੱਕਣੀ ਹੈ ਅਸੀਂ ਮੁਕਣਾ ਯਾਰ ਤੂੰ ਅੱਲਾ ਰਹਿਮ ਕਰੇ ਤੂੰ ਬੈਨਰ ਵਾਲੀ ਦੁਕਾਨ ਤੇ ਆਇਆ ਜਾਂ ਤੂੰ ਸਿਵਲ ਲਾਈਨ ਆਇਆ ਤੂੰ ਅਸੀਂ ਮੁਕਣਾ ਸਿਵਲ ਲਾਈਨ ਮਤਲਬ ਉਹ ਆਹ ਉਹ ਤੇ ਠਾਣੇ ਕਿਚਰੀਆਂ ਜਾ ਤੈਨੂੰ ਪਤਾ ਲੱਗੇ ਕਿ ਫੇ ਕੀ ਭਾਵੇਂ ਕਦੀ ਏ ਕੀ ਭਾਵੇਂ ਇੱਕ ਕਬੂਤਰ ਤਾਂ ਤੂੰ ਇੰਨਾ ਕੰਜਰਖਾਨਾ ਪਾ ਲਿਆ ਤੇ ਜੇ ਕੋਈ ਵਾਦਾ ਘਾਟਾ ਹੋਰ ਹੋ ਜਾਂਦਾ ਤੇ ਤੂੰ ਕਰਨਾ ਸੀ ਤੈਨੂੰ ਪਤਾ ਮੇਰਾ ਉਹਦੇ ਨਾਲ ਕਬੂਤਰ ਨਾਲ ਕਿੰਨਾ ਪਿਆਰ ਸੀ ਤੇ ਕਿੰਨਾ ਪਿਆਰ ਸੀ ਤੂੰ ਕਿਸੇ ਹੋਰ ਨਾਲ ਪਾਲਾ ਪਿਆਰ ਕਬੂਤਰ ਨਾਲ ਤੁਸੀਂ ਕਿਥੇ ਜ਼ੁਬਾਨ ਤੇ ਚੋਗਿਆ ਰੱਖ ਕੇ ਖੁਆਈ ਜਾ ਉਹਨਾਂ ਨੂੰ ਆਪੇ ਪਿਆਰ ਪੈ ਜਾਣਾ ਕਬੂਤਰ ਗੋਦ ਲੈ ਕੇ ਪਾਲਿਆ ਹੈ ਕਬੂਤਰ ਨਾਲ ਤਾਂ ਪਿਆਰ ਜਾਉਂਦਾ ਸੀ ਹੋਰ ਤੂੰ ਤੇ ਇੰਜ ਕਹਿਣ ਨੇ ਜਿਵੇਂ ਕਬੂਤਰ ਹੀ ਨੇ ਯਾਰ ਤੂੰ ਕਦੇ ਵਾਸਤੇ ਗੱਲਾਂ ਕਰਨ ਨੇ ਆ ਵੱਧ ਵੱਧ ਕੇ ਮੇਰੇ ਨਾਲ ਉਹ ਯਾਰ ਤੂੰ ਕਿਡੀਆਂ ਘਟ ਘਟ ਕੇ ਕਰਨ ਨੇ ਆ ਓਏ ਆਹ ਹੋ ਸਹੀ ਕਹਿਣ ਰਿਹਾ ਕਿ ਕਬੂਤਰ ਇਧਰੋਂ ਕਬੂਤਰੀ ਨੇ ਆਂਡਾ ਸਿੱਟਿਆ ਤੂੰ ਉਹਦੇ ਕੋ ਗੋਦ ਲੈ ਲਿਆ ਏਡਾ ਤੂੰ ਕਿਤੇ ਪਾ ਲਿਆ ਤੇਰਾ ਪਿਆਰ ਬੜਾ ਸੀ ਲੋਕਾਂ ਦੇ ਕਬੂਤਰ ਕਰੰਟ ਨਾਲ ਵੀ ਮਰ ਜਾਂਦੇ ਆ ਉਹਦਾ ਮਤਲਬ ਵੀ ਕੀ ਉਹ ਕਰੰਟ ਵਾਲੇ ਤੇ ਪਰਚਾ ਕਰਾ ਦੇ ਪਰਚਾ ਕਰਾ ਦੇ ਆਹ ਤੇ ਕਬੂਤਰ ਦਾ ਕਾਤਲ ਲੱਭਦਾ ਫਿਰਦਾ ਵਾ ਭਾਈ ਪਾਗਲ ਹੋ ਗਿਆ ਉਹ ਬਲੇਰਿਆ ਤੇ ਬਿੱਲੀ ਫਿਰਨ ਨਹੀਂ ਜੇ ਬਿੱਲੀ ਨੂੰ ਕੁਛ ਹੋ ਜਾਂਦਾ ਬਿੱਲੀ ਦੇ ਉਹਨਾਂ ਦਾ ਉਹਨਾਂ ਦਾ ਹੱਕ ਬਣਦਾ ਸੀਗਾ ਕਿ ਸਾਡੇ ਕਾਤਲ ਨੂੰ ਆਪਣੇ ਘਰ ਪਨਾਹ ਦਿੱਤੀ ਉਹ ਯਾਰ ਪਨਾਹ ਕੀ ਉਹਨਾਂ ਨੇ ਦੇ ਦਿੱਤੀ ਆ ਕਿੰਨੂੰ ਬਣਾ ਉਹਨਾਂ ਨੇ ਦੇ ਦਿੱਤੀ ਆ ਉਹਨਾਂ ਨੂੰ ਵੈਸੇ ਕਿਤੇ ਖਿੜਾਕਾ ਆ ਉਹਨਾਂ ਨੇ ਕੁੰਡੀ ਲਾ ਲਈ ਕੀ ਉਹਨਾਂ ਦੇ ਉੱਤੇ ਕੇ ਸਾਰਾ ਪਾਈ ਜਾਣਦੇ ਆ ਉਹ ਦਿਲ ਕਰੇ ਉਹਨਾਂ ਦਾ ਕੀ ਹਾਲਾਤ ਕੀਤਾ ਤੈਨੂੰ ਕਿੱਦਾਂ ਪਤਾ ਕੁੰਡੀ ਲਾ ਲਈ ਤੇਰਾ ਘਰ ਆ ਤੂੰ ਲਈ ਸੀ ਕੁੰਡੀ ਓ ਯਾਰ ਭਾਈ ਕੋਈ ਅਕਲ ਨੂੰ ਆਤ ਤੇ ਫਿਰ ਐਡਾ ਪੱਕੇ ਤਰੀਕੇ ਨਾਲ ਕਿੱਦਾਂ ਕਹਿਣ ਦਿਆ ਨਹੀਂ ਵੀਰੇ ਦੁਨੀਆ ਤੇ ਹੁੰਦਾ ਬਿੱਲੀ ਤੇ ਤੂੰ ਕੀ ਕਰੇਗਾ ਹਾਂ ਬਿੱਲੀ ਕਾਦੀ ਦੁਸ਼ਮਣਾ ਤੇਰੀ ਸਾਡੀ ਬਿੱਲੀ ਨਾਲ ਦੁਸ਼ਮਣੀ ਨਹੀਂ ਹਾਂ ਹੁਣ ਸਾਡੀ ਉਸ ਘਰ ਨਾਲ ਦੁਸ਼ਮਣੀ ਹੈ ਜਿਹਦੇ ਸਾਹਮਣੇ ਐਸ ਬੰਦੇ ਨੇ ਬੈਨਰ ਲਾ ਕੇ ਹੋਣਾ ਮੈਂ ਨਹੀਂ ਲਾਣਾ ਬੈਨਰ ਬੋਨਰ ਇਹ ਨਹੀਂ ਬੈਨਰ ਲਾਉਣਾ ਮੈਂ ਨਹੀਂ ਲਾਣਾ ਸਮਝ ਲੱਗਿਆ ਕਿ ਨਹੀਂ ਤੁਸੀਂ ਜਾ ਕੇ ਨਾ ਅੱਗੇ ਤੁਹਾਡੇ ਭਰਾ ਨੂੰ ਜੁੱਤੀਆਂ ਪੈਟੀਆਂ ਤੁਸੀਂ ਉਹਨਾਂ ਜਾ ਕੇ ਆਪਣਾ ਬੰਦੋ ਔਰ ਤੁਸੀਂ ਲੜਾਈ ਲੜੂਈ ਵਾਲੇ ਨਹੀਂ ਹੈਗੇ ਤੇਰੀਆਂ ਸਾਰੀਆਂ ਗੱਲਾਂ ਸਾਬਤ ਹੋ ਗਿਆ ਐ ਸਿਰਫ ਤੂੰ ਅਗਲੇ ਦੇ ਕੰਮ ਗਲ ਪਾਉਣ ਵਾਲਾ ਕੰਮ ਆ ਤੇਰਾ ਲੈ ਬੈਨਰ ਤੁਸੀਂ ਲਿਖਣੇ ਆ ਆਲੂ ਗੱਡੋਗੇ ਕੀ ਪਤਾ ਨਹੀਂ ਕੀ ਕੀ ਬਕਵਾਸ ਕਰੀ ਗਏ ਆ ਇਹ ਆਲੂ ਗੱਡੋਗੇ ਸਾਨੂੰ ਮਾਰੋ ਆਖਦੇ ਚਮਚੀ ਨਾ ਪੀਤੀ ਚਾਹ ਦੁਸ਼ਮਣਾਂ ਨਾਲ ਪੈ ਗਿਆ ਵਾਹ ਇਹ ਕਿੰਨੀ ਗੱਲ ਆਲੂ ਪੱਟਾਂਗੇ ਹਾਂ ਸ਼੍ਰੀ ਕੋ ਤੁਹਾਨੂੰ ਕੁੱਟਾਂਗੇ ਲੈ ਸ਼੍ਰੀ ਕੋ ਨਹੀਂ ਅਗਲੇ ਸ਼੍ਰੀਕਾ ਨੇ ਆਲੂ ਪਾ ਦਰੇ ਆ ਉਹਨਾਂ ਨੇ ਤੁਹਾਡੇ ਇੰਜ ਦੇ ਆਲੂ ਪਾਉਣੇ ਆ ਤੁਸੀਂ ਸਬਜ਼ੀ ਆਪਣੇ ਉੱਤੇ ਘਟਿਆ ਕਰਨੀ ਹੈ ਬੱਕਰੀ ਬੋਲੇ ਟੌਫੀ ਦੇ ਦੇ ਲੈ ਉਹਨਾਂ ਨੇ ਕਹਿਣਾ ਸਾਨੂੰ ਮਾਫੀ ਦੇ ਦੇ ਬੱਕਰੀ ਛਲੇਜ ਆ ਜੀ ਬੱਕਰੀ ਦੋਤੀ ਪਾਣੀ ਨਾ ਛੋਟੀ ਜਿਹੜੀ ਸਕੂਲ ਲੈ ਕੇ ਜਾਣ ਲੱਗੇ ਤੁਹਾਨੂੰ ਟੌਫੀ ਮੰਗਦੀ ਫਿਰਦੀ ਰਾਜ ਬੱਕਰੀ ਬੋਲੇ ਟੌਫੀ ਦੇ ਦੇ ਐਡੇ ਸੀ ਪਹੁੰਚੇ ਬਜ਼ੁਰਗ ਨਹੀਂ ਇਸ ਬੱਕਰੀ ਯਾਰ ਜਿਨ੍ਹਾਂ ਨੇ ਇਹਦੇ ਭਰਾ ਨੂੰ ਝੰਮਿਆ ਫੜ ਗਏ ਉਹ ਮੰਗਦੇ ਨੇ ਮਾਫੀ ਤੂੰ ਤਾਂ ਸਿੱਧੀ ਸਿੱਧੀ ਲੜਾਈ ਸਾਡੇ ਗਲ ਪਾਉਣ ਡਿਆ ਮੁੰਡਾ ਮਰਵਾਉਣਾ ਤੂੰ ਡਾਇਰੈਕਟ ਕਹਿੰਦਾ ਮੈਨੂੰ ਤਾਂ ਦੁਬਾਰਾ ਇੰਜ ਦਾ ਲੱਭਣਾ ਵੀ ਨਹੀਂ ਹਾਂਜੀ ਹਾਂ ਲਕਬੇ ਵਾਲਾ ਕਿੱਥੋਂ ਲਿਆਵਾ ਮਾਪੇ ਇਹਦੇ ਤੇ ਕਿੱਥੋਂ ਫੇਰ ਉਹ ਇੰਜ ਦਾ ਜੰਮਣ ਜੰਮਣ ਹਾਂ ਕੰਮ ਕਰ ਆਪਣਾ ਜਾ ਕੇ ਇਹ ਰਸ਼ੀ ਕਪੂਰ ਇਹ ਉਹ ਭਾਈ ਭਾਜੀ ਰਸ਼ੀ ਰਸ਼ੀ ਸਾਰਾ ਖੁਸ਼ੀਆਂ ਤੂੰ ਵੀ ਖਲੋ ਜਾ ਐਡਾ ਨਾਨਾ ਪਾਰਟੀ ਪਤਾ ਨਹੀਂ ਕੀ ਚੱਲ ਜਾ ਫਜ਼ੂਲ ਬੰਦੇ ਤੇ ਤੂੰ ਬੜਾ ਯਾਰ ਕੰਮ ਵਾਲਾ ਬੰਦਾ ਹੈ ਉਲਟੇ ਸਿੱਧੇ ਸ਼ੇਰ ਤੇ ਤੂੰ ਸੀ ਆਪਣੇ ਪੈਸੇ ਕਮਾਓ ਉਥੇ ਬੈਨਰ ਲਾਓ ਤੇ ਗੱਲ ਮੁਕਾਓ ਓ ਯਾਰ ਸਾਨੂੰ ਨਹੀਂ ਇੰਜ ਦੇ ਪੈਸੇ ਚਾਹੀਦੇ ਸਮਝ ਲੱਗੀ ਹੈ ਕਿ ਨਹੀਂ ਬਿੱਲੀ ਨੂੰ ਪਤਾ ਲੱਗ ਗਿਆ ਨਾ ਤੂੰ ਮੇਰੇ ਖਿਲਾਫ ਹੈ ਇੰਜ ਇੰਜ ਦੇ ਕੰਮ ਕਰਨ ਨੇ ਆ ਉਹਨੇ ਤੇਰੀ ਦਰਖਾਸਤ ਉੱਤੇ ਦੇ ਦੇਣੀ ਹੈ ਹਾਂਜੀ ਜੀ ਤੇ ਨੂੰ ਜੀ ਤੇ ਨੂੰ ਪਾਗਲ ਲੋਗ ਪਾਗਲ ਹੁਸਿਆਣਾ ਆ ਗਿਆ ਅਸੀਂ ਪਾਗਲ ਆ ਜੀ ਇਹ ਕੀ ਆਪਣੀ ਨਾ ਆਪਣੀ ਜ਼ਬਾਨ ਆਪਣੇ ਕੰਟਰੋਲ ਚ ਰੱਖਦੇ ਨਾ ਮੈਂ ਦੱਸਣੇ ਮੇਰੀ ਜ਼ਬਾਨ ਕੰਟਰੋਲ ਚ ਹੁਣ ਨਹੀਂ ਹਟਣਾ ਹੱਥ ਕੰਟਰੋਲ ਚ ਰੱਖ ਤੂੰ ਹਟਣਾ ਨਹੀਂ ਕੀ ਕਰਨਾ ਤੂੰ ਹੁਲਸ਼ ਹਾਂ ਕੀ ਮਰਦਨ ਦੀਏ ਦੇ ਕਿੱਤੇ ਕੀ ਏ ਕੀ ਏ ਕੀ ਏ ਕੀ ਏ ਤੈਨੂੰ ਕੀ ਏ ਅਸੀਂ ਨਹੀਂ ਬੰਦ ਰੱਖਦੇ ਬੱਕਰੀ ਕਾਦੀ ਟਾਫੀ ਸਾਨੂੰ ਦੇ ਦੋ ਮਾਫੀ ਜਾਂ ਕੰਮ ਕਰ ਆਪਣਾ ਜਾ ਕੇ ਮੈਨੂੰ ਲੱਗੀਦਾ ਗੁੱਸਾ ਚੜਾਈ ਮੈਨੂੰ ਓਏ ਕਿਤੇ ਸ਼ਾਇਰ ਐ ਇਹਨੂੰ ਕਿਤੇ ਸ਼ਾਇਰ ਗੁੱਸਾ ਤੂੰ ਚੜਾ ਹੈਲੋ ਸਾਡੀ ਅੱਗੇ ਵੀ ਹੋਇਆ ਕਰੋ ਲੈ ਪਿੱਛੇ ਹੋਇਆ ਕਰੋ ਤੂੰ ਕੱਲ ਹੀ ਉਹਦੇ ਨਾਲ ਮੂੰਹ ਲਾਉਣ ਨੇ ਆ ਜਾਲ ਨਹੀਂ ਛੱਡਣ ਦੇ ਮੋਰੇ ਲੈ ਆਪਣਾ ਕੰਮ ਕਰੋ ਜਾ ਕੇ ਲੈ ਬੈਨਰ ਲਿਖ ਦੇ ਬੈਨਰ ਆ ਗਿਆ ਵੱਡਾ ਲਖਾਨ ਬੱਕਰੀ ਨੇ ਖਾਦੀ ਟਾਫੀ ਸਾਨੂੰ ਦੇ ਦੋ ਮਾਫੀ ਲੈ ਪਤਾ ਨਹੀਂ ਕਿਹੜੇ ਕਿਹੜੇ ਲੋਕ ਆ ਜਾਂਦੇ ਆ ਉਸਤਾਦ ਜੀ ਕੰਮ ਕਰੋ ਜਿਹੜਾ ਦੇਣ ਵਾਲਾ ਮੈਂ ਨੰਬਰ ਲਿਖ ਲਾਂ ਤੋ ਤਫਾ ਹੋ ਗਿਆ ਬਾਬਾ ਓ ਇਸ ਤਰ੍ਹਾਂ ਦੇ ਬੰਦਿਆਂ ਦੇ ਨਾਲ ਨਹੀਂ ਸੂਈ ਫਸਾਈ ਦੀ ਪਾਗਲ ਜ਼ਮਾਨੇ ਦਾ ਬੰਦਾ ਹੋ ਤੇ ਲਿਆ ਹੋਇਆ ਹਾਂ ਜੀ ਚਮਲੇ ਜੀ ਇਹ ਇੱਥੇ ਹੁਣ ਨੰਬਰ ਆਪਣਾ ਦੇ ਮੇਰਾ ਨਾ ਅੱਜ ਤੋਂ ਬਾਅਦ ਲਿਖੀ ਨੰਬਰ ਕਿਤੇ ਵੀ ਅੱਛਾ ਪਾਜੀ